AVP ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ ਤੇ ਅੱਜ AVP ਸਾਂਝਾ ਦੀ ਟੀਮ ਪਹੁੰਚੀ ਹੈ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਸਾਊਥ ਇੱਥੇ ਕਾਂਗਰਸ ਪਾਰਟੀ ਦੇ ਵੱਲੋਂ ਇੰਦਰਬੀਰ ਸਿੰਘ ਬੁਲਾਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਮੌਜੂਦਾ ਵਿਧਾਇਕ ਨੇ ਕਈ ਫੋਨ ਕਰਨ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਸ਼ਾਮਲ ਨਹੀਂ ਹੋਈ ਹਾਲਾਂਕਿ ਭਰੋਸਾ ਦਿੱਤਾ ਗਿਆ ਕਿ ਬੁਲਾਰੇ ਪਹੁੰਚਣਗੇ ਇਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਤਲਬੀਰ ਗਿੱਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਇੰਦਰबीर ਸਿੰਘ ਨਿਜਰ ਅਤੇ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਹਰਜਿੰਦਰ ਸਿੰਘ ਠੇਕੇਦਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਪਰ ਇਸ तमाम ਉਮੀਦਵਾਰੀਆਂ ਦੇ ਵਿਚਾਲੇ ਇਥੋਂ ਦੇ ਮੁੱਦੇ ਕੀ ਨੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦੀ ਗੱਲ ਕਿੰਨੀ ਸੁਣੀ ਗਈ ਹੈ ਇਹ ਕਿਸਾਨਾਂ ਤੋਂ ਜਾਣਦੇ ਆ ਕਿਉਂਕਿ ਕਾਂਗਰਸ ਦੀ ਸਰਕਾਰ ਰਹੀ ਕਿਸਾਨੀ ਦੀ ਗੱਲ ਕਿੰਨੀ ਹੋਈ ਹੈ ਬਿਲਕੁਲ ਜੀ ਕਿਸਾਨਾਂ ਨਾਲ આજ ਤੱਕ ਜੋ ਅੱਜ ਮੇਰੇ ਖਿਆਲ 74 ਸਾਲ ਦੇ ਕਰੀਬ ਹੋ ਗਏ ਆ ਅਇ ਤੱਕ ਕਿਸਾਨਾਂ ਤੇ ਮਿਹਨਤ ਕਰਨ ਵਾਲੇ ਦਾ ਇੱਕ ਵੀ ਗੱਲ ਸੁਣੀ ਨਹੀਂ ਗਈ ਸਿਰਫ ਇਹ ਜਿਹੜੇ ਪਾਰਟੀਆਂ ਚਾਹੇ ਹੋ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਹੋਰ ਨਵੀਆਂ ਨਵੀਆਂ ਪਾਰਟੀਆਂ ਕਾਫੀ ਹੋਂਦ ਚਾਰ ਰਹੀਆਂ ਵਾਂ ਉਹਨਾਂ ਨੇ ਸਿਰਫ ਆਪਣੇ ਬੱਚਿਆਂ ਦੇ ਪਰਿਵਾਰ ਦਾ ਵਿਕਾਸ ਕੀਤਾ ਵਾ ਕਿਸਾਨ ਵਾਸਤੇ ਕੁਝ ਨਹੀਂ ਸੋਚਿਆ ਗਿਆ ਕਿਸਾਨ ਦਿਨ ਪ੍ਰਤੀ ਦਿਨ ਕਰਜ਼ੇ ਦੇ ਹੇਠ ਲਟਾਰਿਆ ਜਾ ਰਿਹਾ ਵਾ ਬਹੁਤ ਵੱਡੀ ਗਿਣਤੀ 'ਚ ਕਿਸਾਨ ਫਾ ਲੈ ਕੇ ਮਰ ਰਹੇ ਨੇ ਪਰ ਇਹ ਜਿਹੇ ਰਾਜਨੀਤਿਕ ਪਾਰਟੀਆਂ ਆਪਣੇ ਸਿਰਫ ਆਪਣੇ ਏਜੰਡੇ ਦਾ ਪ੍ਰਚਾਰ ਕਰਦੀਆਂ ਵਾਂ ਲੁੱਟਕਸੋਟ ਦਾ ਪ੍ਰਚਾਰ ਕਰਦੀਆਂ ਵੀ ਕਿਸ ਤਰੀਕੇ ਨਾਲ ਲੋਕਾਂ ਨੂੰ ਪਰਵਾਹ ਕੇ ਲੁੱਟਿਆ ਜਾਵੇ ਇਸ ਤੋਂ ਬਗੈਰ ਇਹਨਾਂ ਕੋਲ ਹੋਰ ਕੋਈ ਏ ਬਾਕੀ ਸਭ ਕੋ ਝੂਠ ਜਿਹੇ ਨਾਲ ਕੋਲ ਅੱਛਾ ਕਾਂਗਰਸ ਪਾਰਟੀ ਨੇ 5 ਸਾਲ ਸੱਤਾ ਤੇ ਉੱਤੇ ਰਾਜ ਕੀਤਾ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਇਸ ਹਲਕੇ ਦਾ ਕਿੰਨਾ ਵਿਕਾਸ ਹੋਇਆ ਲੋਕਾਂ ਦੀ ਕਲ ਕਿ ਨਹੀਂ ਸੁਣੀ ਲੋਕਾਂ ਜਿਸ ਤਰ੍ਹਾਂ ਸਾਡੇ ਸਾਂਯੁਕਤ ਕਿਸਾਨ ਮੋਰਚ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵਾਂ ਕਿ ਅਕਾਲੀ ਦਲ ਨੇ ਜਿੰਨੇ ਕੰਮ ਕਿਸਾਨਾਂ ਵਾਸਤੇ ਕੀਤੇ ਕਿਉਂਕਿ ਕਿਸਾਨਾਂ ਦੀ ਪਾਰਟੀ ਹੈ ਇਹ ਵੀ ਸਾਡੇ ਆਪਣੇ ਹੀ ਆ ਚਲੋ ਮੰਨ ਦੇ ਵਿੱਚ ਹੋ ਸਕਦਾ ਕੋਈ ਹੋ ਸਕਦਾ ਵਿਤਕਰਾ ਹੋਵੇ ਬਾਕੀ ਹੈ ਆਪਣੇ ਹੀ ਹੈ ਜਿਹੜੇ ਟਰੈਕਟਰਾਂ ਦੇ ਉੱਤੇ ਬਿੱਲ ਮਾਫ ਕੀਤੇ ਮੋਟਰਾਂ ਦੇ ਉੱਤੇ ਬਿੱਲ ਮਾਫ ਕੀਤੇ ਉਹ ਸਾਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਹੀ ਕੀਤੇ ਗਏ ਸੀ ਭੁੱਲਣਾ ਨਹੀਂ ਚਾਹੀਦਾ ਸਾਨੂੰ ਜੇ ਕਿਸੇ ਨੇ ਕੋਈ ਕੰਮ ਚੰਗਾ ਕੀਤਾ ਤੇ ਚੰਗਾ ਵੀ ਕਹਿਣਾ ਚਾਹੀਦਾ ਜੇ ਕਿਸੇ ਨੇ ਮਾੜਾ ਕੀਤਾ ਮਾੜਾ ਵੀ ਕਹਿਣਾ ਚਾਹੀਦਾ ਵਾ ਇਹਨਾਂ ਨੂੰ ਯਾਦ ਕਰਨਾ ਚਾਹੀਦਾ ਕਿ ਟਰੈਕ ਪਈ થી ਹੋਰ ਕਿਸੇ ਦੀ ਸਰਕਾਰ ਚ ਨਹੀਂ ਮਾਫ ਹੋਏ ਠੀਕ ਹੈ ਕਾਂਗਰਸ ਦੀ ਗੱਲ ਕਰੀਏ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਵਿੱਚ ਕਿੰਨੇ ਕੰਮ ਕਰਵਾਏ ਨੇ ਇਸ ਹਲਕੇ ਦੇ ਜੇ ਕੰਮ ਕਰਾਏ ਹੁੰਦੇ ਤਾਂ ਨੌਬਤ ਨਹੀਂ ਸੀ ਆਉਣੀ ਅੱਜ ਉਹਨਾਂ ਦੀ ਟੀਮ ਆਈ ਨਹੀਂ ਇੱਥੇ ਇਹਦਾ ਮਤਲਬ ਸਿੱਧਾ ਵੀ ਕੰਮ ਨਹੀਂ ਹੋਏ ਆ ਪਿਛਲੇ ਪੰਨੇ ਹੀ ਵੇਖ ਲਓ ਆ ਪਿਛਲੇ ਨਾਲ ਹੀ ਆ ਗੋਡੇ-ਗੋਡੇ ਛੱਪੜ ਬਣਿਆ ਉਹ ਗੋਡੇ-ਗੋਡੇ ਪਾਣੀ ਗੰਦ ਜਿਹੇ ਵਿਕਾਸ ਕਰਾਇਆ ਹੁੰਦਾ ਤੇ ਫਿਰ ਉਹਨੂੰ ਐ ਦਿਨ ਨਹੀਂ ਦੇਖਣੇ ਪੈਣੇ ਜਿਹੜੇ ਉਹਨੂੰ ਦੇਖਣੇ ਪੈ ਰਹੇ ਨੇ ਅਕਾਲੀ ਦਲ ਨੇ ਕਰਵਾਇਆ ਵਿਕਾਸ ਇਸ ਹਲਕੇ ਦਾ ਲੇਖੋ ਲਗਾਤਾਰ 10 ਸਾਲ ਸਰਕਾਰ ਰਹੀ ਹੈ ਜ ਤੇ ਜੰਨੀਆਂ ਵੀ ਤੁਸੀਂ ਇਸ ਟਾਈਮ ਪੁਲ ਦੇਖ ਰਹੇ ਜਾਂ ਜੰਨੀਆਂ ਵੀ ਸੜਕਾਂ ਦੇਖ ਰਹੇ ਰੋਡ ਮੈਪ ਜਿੰਨਾ ਵੀ ਹੈ ਨਾ ਸ਼੍ਰੋਮਨੀਆ ਕਾਲੀਦਲ ਦੀ ਸਰਕਾਰ ਨੇ ਬਣਾਇਆ ਮੈਂ ਇੱਕ ਸਵਾਲ ਸਿਰਫ ਇਸ ਇੱਥੋਂ ਦੇ ਜਿਹੜਾ ਮੌਜੂਦਾ ਐਮਐਲਏ ਉਹਨੂੰ ਕਰਨਾ ਚਾਹੁੰਦਾ ਹੈ ਦੇਖੋ ਜਿਸ ਜਗ੍ਹਾ ਤੇ ਅਸੀਂ ਖਲੋਤੇ ਆਂ ਅੱਜ ਤੋਂ ਜੇ ਮੈਂ ਕਹਦਾ ਵੀ 5 ਸਾਲ ਪਹਿਲੋਂ ਦੀ ਗੱਲ ਕਰ ਲੱਗਾ ਮੈਂ ਇਸ ਪਾਰਕ ਵਾਸਤੇ ਵੀ 5 ਕਰੋੜ ਰੁਪਿਆ ਸੈਂਕਸ਼ਨ ਹੋਇਆ ਸੀ ਜਿਹਦੇ ਵਿੱਚ 1.5 ਲੱਖ ਰੁਪਏ ਦਾ ਇੱਥੇ ਫੁਆਰਾ ਲੱਗਾ ਸੀ ਅੱਜ ਉਹ ਕੀਤੇ ਆ ਸਭ ਤੋਂ ਪਹਿਲਾਂ ਤੇ ਇਹ ਸਵਾਲ ਨੂੰ ਪੁੱਛੋ ਵੀ 5 ਕਰੋੜ ਰੁਪਏ ਸਰਕਾਰ ਦਾ ਤੂੰ ਜਾਇਆ ਕਿਉਂ ਕੀਤਾ ਦੂਸਰੀ ਗੱਲ ਜੇ ਅੱਜ ਇਹ ਪਾਰਕਾਂ ਦੀ ਗੱਲ ਕਰ ਰਿਹਾ ਪਾਰਕਾਂ ਵਾਸਤੇ ਵੀ ਵੱਡੇ ਫੰਡ ਲਿਆ ਕੇ ਇਹ ਪ੍ਰੋਫੈਸ਼ਨਲ ਐਮਐਲਏ ਬਣ ਗਿਆ ਜਿਹੜੇ ਕਿ ਸਿਰਫ ਫੰਡ ਲਿਉਂਦੇ ਆ ਥੋੜਾ ਪੈਸਾ ਲਾਇਆ ਜਿਹੜਾ ਨਹੀਂ ਵੀ ਦਿਖਦਾ ਬਾਕੀ ਸਾਰਾ ਆਪਣੀ ਜੇਬ 'ਚ ਪਾਇਆ ਜਿਹੜਾ ਨਹੀਂ ਵੀ ਦਿਖਦਾ ਕਹਿੰਦੇ ਆਪਣੀ ਜੇਬ 'ਚ ਪਾ ਰਹੀ ਹੈ ਅਜਾ ਪੰਜਾਬ ਲੋਕ ਕਾਂਗਰਸ ਹਾਕੀ ਕਿੰਨੀ ਚੱਲਣ ਵਾਲੀ ਹੈ ਪੰਜਾਬ ਲੋਕ ਕਾਂਗਰਸ ਦੀ ਹਾਕੀ ਇੰਨੀ ਕਿ ਚੱਲੂਗੀ ਇਹ ਇੱਕ ਗੋਲ ਕਰਾਂਗੇ ਜਿਹੜਾ ਦੁਨੀਆ ਵੇਖੂਗੀ ਤੇ ਡਬਲ ਇੰਜਨ ਦੀ ਸਰਕਾਰ ਜਿਹੜੀ ਉਹ ਬਣਾਵਾਂਗੇ ਡਬਲ ਇੰਜਨ ਕੌਣ ਹੈ ਇੱਕ ਪਾਸੇ ਕੈਪਟਨ ਨਰਿੰਦਰ ਸਿੰਘ ਇੱਕ ਇੱਕ ਪਾਸੇ ਨਰਿੰਦਰ ਮੋਦੀ ਜੀ ਅੱਛਾ ਨਰਿੰਦਰ ਮੋਦੀ ਅੱਛਾ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਹੈ ਪ੍ਰਧਾਨ ਮੰਤਰੀ ਨੇ ਮੈਂ ਨਾ ਬਿਲਕੁਲ ਸੁਣੀ ਹੈ ਉਹ ਲੋਕਾਂ ਦੇ ਕਿਸਾਨਾਂ ਨੂੰ ਜੋ ਨਦੀ ਸਕੀਮ ਦੇ ਅਧੀਨ ਉਹਨਾਂ ਨੂੰ ਵੀ ਪੈਸੇ ਪਾ ਰਹੇ ਆ ਤੇ ਜੇਕਰ ਇਹ ਇਹ ਸ਼ਰਮ ਕਾਰਡ ਬਣਿਆ ਹੈ ਯੂਜਮਨ ਕਾਰਡ ਬਣਿਆ ਲੋਕੀ ਉਹਦੇ ਤੈ ਤੋਂ ਦਾ ਬਹੁਤ ਫਾਇਦਾ ਲੈ ਰਹੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ 4.5 ਸਾਲ ਮੁੱਖ ਮੰਤਰੀ ਰਹੇ ਉਹਨਾਂ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ ਤੇ ਹੁਣ ਜਦੋਂ ਰੁੱਸੇ ਤਾਂ ਪੰਜਾਬ ਲੋਕ ਕਾਂਗਰਸ ਬਣਾਈ ਤੁਹਾਨੂੰ ਲੱਗਦਾ ਕਿ ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਕੀਤੇ ਉਹ ਪੂਰੇ ਕੀਤੇ ਦੇਖੋ ਜਿੱਥੋਂ ਤੱਕ ਉਹਨਾਂ ਨੇ ਕਿਹਾ ਵੀ 99% ਜਿਹੜੇ ਵਾਅਦੇ ਉਹ ਪੂਰੇ ਕੀਤੇ ਆ ਤੇ ਉਹਨਾਂ ਨੇ ਕੀਤੇ ਵੀ ਇਹ ਤਾਂ ਮਤਲਬ ਕਾਂਗਰਸ ਨੇ ਚੰਗਾ ਕੰਮ ਕੀਤਾ ਪੰਜਾਬ ਚ ਚੰਗਾ ਕੰਮ ਕੀਤਾ ਹੈ ਤੇ ਜਿਹੜਾ 111 ਦਿਨਾਂ ਦਾ ਇਹ ਕਹਿੰਦੇ ਆ ਇਹ ਭੰਡੀ ਪ੍ਰਚਾਰ ਆ ਕਿਸੇ ਨੂੰ ਇਹਦੇ ਚ ਕੁਝ ਨਹੀਂ ਮਿਲਿਆ ਸਿਰਫ ਉਹ ਪਹਿਲਾਂ ਬੁਲਾਂ ਦਾ ਰੌਲਾ ਏ ਤੋਂ ਨਵਾ ਹੋਰ ਕੁਝ ਨਹੀਂ ਹੋਇਆ ਅੱਛਾ ਕਿਸਾਨੀ ਦੀ ਗੱਲ ਕਿੰਨੀ ਸੁਣ ਰਹੀ ਹੈ ਪੰਜਾਬ ਲੋਕ ਕਾਂਗਰਸ ਭਾਜਪਾ ਕਿਸਾਨੀ ਦੇ ਮੁੱਦੇ ਤੇ ਇਹ ਗੱਲ ਹੋ ਰਹੀ ਆ ਹਾਂਜੀ ਕਿਸਾਨੀ ਦੇ ਮੁੱਦੇ ਠੀਕ ਆ ਕਿ ਕਿਸਾਨਾਂ ਵਾਸਤੇ ਬਹੁਤ ਕੁਝ ਦਿੱਤਾ ਉਹਨਾਂ ਨੇ ਮੋਦੀ ਸਰਕਾਰ ਨੇ ਕਿ ਕਿਸਾਨ ਸਾਡੇ ਵੀਰ ਆ ਕਿ ਅਸੀਂ ਖੁਦ ਕਿਸਾਨ ਹੈਗੇ ਆ ਤੇ ਇਹ ਇਸ ਗੱਲ ਤੇ ਉਠਾਈ ਜਾਂਦੀ ਆ ਕਿ ਆਪੋ ਆਪਣੇ ਜਿਹੜੇ ਲੀਡਰ ਆ ਉਹ ਫਾਇਦਾ ਠਾਦੇ ਨੇ ਕਿ ਪੈਸੇ ਦਾ ਹੋਰ ਪਬਲਿਕ ਦਾ ਰਸੂਕ ਕੋਈ ਨਹੀਂ ਪਬਲਿਕ ਨੂੰ ਕੋਈ ਚੀਜ਼ ਨਹੀਂ ਮਿਲਦੀ ਕੀ ਇਹ ਕਹਿ ਦਿੰਦੇ ਨੇ ਜਿਹੜਾ ਵੀ ਐਮਐਲਏ ਜਾਂ ਮੰਤਰੀ ਬੰਦਾ ਹੈ ਉਹ ਆਪਣਾ ਹੀ ਫਾਇਦਾ ਸੋਚਦਾ ਭਾਜੀ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਕਦਮ ਕਿਹੜੇ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਹਾਂਜੀ ਕਦਮ ਉਹਨਾਂ ਨੇ ਬਹੁਤ ਚੁੱਕੇ ਆ ਇੱਕ ਖੇਤੀਬਾੜੀ ਦੇ ਕਦਮ ਜਿੱਤੇ ਆ ਕਿਸਾਨਾਂ ਨੂੰ ਕਰਜ਼ੇ ਦੇਂਦੀ ਪਈ ਆ ਕਿਸਾਨਾਂ ਨੂੰ ਡੈਂਟੀਕਾਰਡ ਬਣਾ ਕੇ ਬਾਹਰ ਜਾਣ ਨੂੰ ਵਿਦੇਸ਼ਾਂ ਦਾ ਸਬਸਿਡੀਆਂ ਦਿੰਦੀ ਪਈ ਆ ਤੇ ਜਨਾਨੀਆਂ ਦੇ ਖਾਤੇ 'ਚ 2000 ਰੁਪਏ ਪਾਉਂਦੀ ਪਈ ਆ ਹੋਰ ਦੱਸੋ ਇਹ ਕਹਿ ਰਿਹਾ ਕਹਿੰਦੇ ਕਿਸਾਨਾਂ ਦੇ ਲਈ ਬੀਜਪੀ ਜਿਹੜੀ ਕੇਂਦਰ ਚ ਸਰਕਾਰ ਹੈ ਉਹ بڑے ਕਦਮ ਚੁੱਕ ਰਹੀ ਹੈ ਬਿਲਕੁਲ ਜੀ ਉਹ ਗੁਜਰਾਤੀ ਦੇ ਗੁਜਰਾਤੀ ਲੋਕਾਂ ਵਾਸਤੇ ਲਟੇਰੇ ਪੈਦਾ ਕੀਤੇ ਜਾ ਰਹੇ ਦੇਖ ਲੁੱਟਣ ਵਾਸਤੇ ਸਮੇਂ ਸਮੇਂ ਤੇ ਉਹ ਲਟੇਰਿਆਂ ਨੂੰ ਤਿਆਰ ਕਰਕੇ ਵੱਡੀਆਂ ਵੱਡੀਆਂ ਬੈਂਕਾਂ ਦੇ ਘਟਾਲੇ ਕਰਕੇ ਬਾਹਰ ਭੇਜਿਆ ਜਾ ਰਿਹਾ ਵਾ ਕਿਸਾਨਾਂ ਦੀ ਸਰਕਾਰ ਨਹੀਂ ਬੀਜਪੀ ਦੀ ਬੀਜਪੀ ਸਰਕਾਰ ਆ ਉਹ ਸਿਰਫ ਸਿਰਫ ਲਟੇਰਿਆਂ ਤੇ ਡਾਕੂਆਂ ਦੀ ਸਰਕਾਰ ਆ ਦਬ ਕੇ ਪਾਤ ਨੂੰ ਲੁੱਟਿਆ ਗਿਆ ਵਾ ਤੇ ਗਾਂ ਵੀ ਜੇ ਇਹਨਾਂ ਨੂੰ ਵੋਟ ਪਈ ਮੈਂ ਇਹ ਗੱਲ ਕਹਿਣਾ ਮੈਂ ਤੁਹਾਡੇ ਚੈਨਲ ਦੇ ਥਰੂ ਭਰਾਓ ਇਹ ਬੀਜੇਪੀ ਦਾ ਬਾਜੋ ਜੇ ਬੀਜੇਪੀ ਦਾ ਬਾਜੋਗੇ ਤੇ ਦੇਸ਼ ਬਾਜੂਗਾ ਜਦੋਂ ਨਾ ਮੋਦੀ ਸਰਕਾਰ ਇੱਥੇ ਹੋਂਦ ਚਾਈ ਆ ਰੇਲਾਂ ਵੇਚਤੀਆਂ ਜਾ ਜਿੰਨਾ ਵੇਚ ਤੇ ਆ ਕੋਈ ਸਰਕਾਰੀ ਅਦਾਰਾ ਛੱਡਿਆ ਨਹੀਂ ਆ ਸਭ ਕੋਈ ਲੁੱਟ ਕੇ ਕੁਝ ਗਿਣਤੀ ਮਿੰਤੀ ਅਦਾਨੀਆਂ ਬਾਨੀਆਂ ਦੇ ਘਰ ਪਰੇ ਜਾ ਰਹੇ ਜੇ ਤੋਂ ਬਗੈਰ ਇਹ ਸਰਕਾਰ ਕੋਲ ਕੱਖ ਨਹੀਂ ਜੂਗਾ ਸਰਕਾਰ ਸਰਕਾਰ ਮੋਦੀ ਦੀ ਨਹੀਂ ਆ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਆ ਕਿਉਂਕਿ ਸਰਕਾਰ ਮੋਦੀ ਨੇ ਕਾਰਪੋਰੇਟ ਘਰਾਣੇ ਚਲਾਉਂਦੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਿਹੜਾ 750 ਕਿਸਾਨ ਉੱਥੇ ਦਿੱਲੀ ਦੀਆਂ ਸੜਕਾਂ ਤੇ ਬਹਿ ਕੇ ਸ਼ਹੀਦ ਕਰਾਤਾ ਇਹਨਾਂ ਨੂੰ ਅੱਜ ਇਹਨਾਂ ਨੂੰ ਲਖਸ਼ਣ ਦਾ ਚੇਤਾ ਆ ਗਿਆ ਇਹਨਾਂ ਨੂੰ ਪੁੱਛੋ ਵੀ ਲਖਸ਼ਣ ਇਹਨਾਂ ਨੂੰ ਲੜਨੀ ਚਾਹੀਦੀ ਆ ਕਿ ਨਹੀਂ ਆ ਮੋਦੀ ਤੇ ਜਿਹੜਾ ਕੈਪਟਨ ਹੈ ਪਾਰਟੀ ਇਹਨਾਂ ਕੀ ਕੀਤਾ ਵਾ ਤੇ ਕਿਸਾਨਾਂ ਦੇ ਮੁੱਦੇ ਤੇ ਕਿਹੜੀ ਇਹ ਲੈ ਕੇ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਕਿਹੜੇ ਕੰਮ ਲੱਗਦੇ ਵੀ ਅਕਾਲੀ ਦਲ ਨੇ ਕਰਵਾਏ ਇਸ ਹਲਕੇ ਦੇ ਅਕਾਲੀ ਦਲ ਆ ਵੇਖੋ ਅਕਾਲੀ ਦਲ ਵੀ ਜਿਹੜਾ ਪਹਿਲੋਂ ਹੀ ਇਹ ਵੀਰ ਸਾਡੇ ਭਰਾ ਖਲੋਤੇ ਆ ਜਿਹੜਾ ਅਕਾਲੀ ਆਖਿਆ ਵੀ ਜਿਹੜਾ ਖੇਤੀ ਕਾਨੂੰਨ ਹੈ ਬਹੁਤ ਵਧੀਆ ਵਾ ਬਹੁਤ ਵਧੀਆ ਵਾ ਪਰ ਉਹ ਵਧੀਆ ਨਹੀਂ ਪਰ ਕਿਸਾਨਾਂ ਦੇ ਵਿਰੋਧ ਦੇ باوجود ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸਾਰਾ ਕੁਝ ਕਰਨਾ ਪਿਆ ਉਹ ਜਿਹੜੀ ਆ ਉਹ ਕਿਸਾਨਾਂ ਦੀ ਲਹਿਰ ਸੀ ਇਹ ਸਾਡੇ ਵੀਰ ਕਿਸਾਨ ਆ ਉਹ ਕਿਸਾਨਾਂ ਦੀ ਲਹਿਰ ਸੀ ਉਹ ਜਿਹੜੀ ਜਿਹੜੀ ਹੈਗੀ ਹੈ ਅਸਤੀਫਾ ਦਿੱਤਾ ਵਾ ਨਾ ਅਸਤੀਫਾ ਸਿਰਫ ਕਿਸਾਨਾਂ ਦੇ ਡਰ ਤੋਂ ਦਿੱਤਾ ਵਾ ਨਾ ਕਿ ਕਿਸਾਨਾਂ ਆ ਰਿਹੇ ਇੱਥੇ ਚ ਉਹ ਡਰ ਕਾਰਨ ਅਸਤੀਫਾ ਵਾ ਉਹਨੂੰ ਕਦੀ ਨਾ ਮੰਨਿਆ ਜਾਵੇ ਵੀ ਕਿਸਾਨਾਂ ਵਾਸਤੇ ਗੁੰਜੋਰਨ ਕੀਤਾ ਗਿਆ ਵਾ ਬਿਲਕੁਲ ਸਰਾ ਝੂਠ ਆ ਕਾਲੀ ਦਲ ਬਿਲਕੁਲ ਝੂਠ ਬੋਲਦਾ ਜੀ ਠੀਕ ਹੈ ਕਹਿੰਦੇ ਆਕਾਲੀ ਦਲ ਝੂਠ ਬੋਲ ਰਿਹਾ ਕਿਸਾਨਾਂ ਦੇ ਲਈ ਕੋਈ ਕੰਮ ਨਹੀਂ ਕੀਤਾ ਵੇਖੋ ਜੀ ਜਿਹੜੇ ਬਿਜਲੀ ਤੇ ਆਪਣੇ ਬੰਬੀਆਂ ਦੇ ਬਿੱਲ ਹੋਏ ਆ ਉਹ ਕਿਸਾਨਾਂ ਦੀ ਜਿਹੜੀ ਜਿਹੜੀ ਹਮੇਸ਼ਾ ਇੱਕ ਆਵਾਜ਼ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੁੱਕੀ ਆ ਜਿਹੜੀ ਇਹ ਕਹਿੰਦੇ ਆ ਕਿ ਸਤੀਫਾ ਦਿੱਤਾ ਹਰ ਕੌਰ ਸਿਮਰਤ ਕੌਰ ਜੀ ਨੇ ਉਹ ਸਤੀਫਾ ਨਹੀਂ ਉਹ ਇੱਕ ਇਹੋ ਜਿਹੀ ਆਵਾਜ਼ ਸੀ ਜਿਹੜੀ ਦਿੱਲੀ ਤੱਕ ਗੂੰਜੀ ਆ ਜੇ ਅੱਜ ਮੋਦੀ ਝੁਕਿਆ ਏ ਤੇ ਉਹ ਸਿਰਫ ਅਕਾਲੀ ਦਲ ਕਰਕੇ ਵੀ ਉਹਨਾਂ ਨੇ ਸਾਡੀ ਵਿੱਚ ਜਿਹੜੀ ਆ ਬਦਨਾਮੀ ਕੀਤੀ ਵੀ ਜਿਹੜਾ ਸਤੀਫਾ ਦਿੱਤਾ ਨਾ ਇੱਕ ਬੜੀ ਵੱਡੀ ਜਿਹੜੀ ਆ ਬਦਨਾਮੀ ਹੋਈ ਆ ਜਿਹੜੀ ਭਾਜਪਾ ਦੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਵੀ ਸਾਰਾ ਅਕਾਲੀ ਦਲ ਜਿਹੜਾ ਵਾ ਉਹ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜਿਹੜਾ ਸੰਘਰਸ਼ ਦੇ ਵਿੱਚ ਬੈਠਾ ਸੀ ਕੱਲੇ ਅੱਜ ਜੇ ਕਹਿਣ ਵੀ ਕੱਲੀਆਂ ਪਾਰਟੀਆਂ ਸੀ ਕਿਸਾਨ ਵਾਲੀਆਂ ਕੱਲੀਆਂ ਕਿਸਾਨਾਂ ਦੇ ਪਾਰਟੀਆਂ ਨਹੀਂ ਸੀ ਯਰ ਚ ਸਾਰੀਆਂ ਪਾਰਟੀਆਂ ਨੇ ਡਟ ਕੇ ਮਤ ਕੀਤੀ ਆ ਤੇ ਜਿਹੜਾ ਵਿਰੋਧੀ ਜਿਹੜਾ ਮੋਦੀ ਨੂੰ ਜਿਹੜਾ ਵਾ ਕਾਨੂੰਨ ਵਾਪਸ ਲੈਣੇ ਪਏ ਆ ਠੀਕ ਹੈ ਆਮ ਆਦਮੀ ਪਾਰਟੀ ਹਾਲਾਂਕਿ ਡਿਬੇਟ ਦੇ ਵਿੱਚ ਨਹੀਂ ਆਈ ਪਰ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਵੀ ਅਕਾਲੀ ਦਲ ਪੰਜਾਬ ਦੀ ਸੱਤਾ ਦੇ ਉੱਤੇ ਅਜੇ ਨਹੀਂ ਆ ਸਕਦੀ ਕਹਿੰਦੇ ਤੀਜੇ ਨੰਬਰ ਦੀ ਸਰਕਾਰ ਤੀਜੇ ਨੰਬਰ ਦੀ ਪਾਰਟੀ ਹੈ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਕਾਲੇ ਸੱਪ ਨੇ ਇਹ ਜਿਹੜੇ ਪੰਜਾਬ ਦਾ ਦਾਵਾ ਕਰਦੇ ਸੀ ਪੰਜਾਬ ਦੇ بڑے ਤੇਸੀਆਂ ਦਿੱਲੀ ਦਾ ਦੇਖੋ ਕੀ ਹਾਲਿਆ ਇਹ ਸਾਰੇ ਝੂਂਡਾਂ ਦੀ ਫੁੱਟਰੀ ਆ ਨਿੱਧਰ ਚੜਾਗਾ ਇਥੋਂ ਦਾ ਵਧਾਈ ਕਿਆ ਜਿਹੜਾ ਕਹਿੰਦਾ ਮੈਂ ਇਲੈਕਸ਼ਨਰ ਵਧਾਈ ਕਿ ਬੰਨਾ ਇਥੋਂ ਦਾ ਉਹਨੂੰ ਪੁੱਛੋ ਤੇ 400 ਵੀ ਦਾ ਪਰਚਾ ਵਾ ਇਹ ਜਿਹੜੇ ਆਪ ਵਾਲੇ ਆ ਲੁੱਟਣ ਵਾਸਤੇ ਪੰਜਾਬ ਨੂੰ ਆਏ ਆ ਜੇ ਪੰਜਾਬ ਦਾ ਭਲਾ ਚਾਹੁੰਦੀ ਆ ਸ਼੍ਰੋਮਣੀ ਕਾਲਦਾ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਥਕ ਦੀ ਤੇਜ ਤੇ ਧੇਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਆ ਜਿਨ੍ਹਾਂ ਨੇ ਕਿਸਾਨਾਂ ਤੋਂ ਲਾ ਕੇ ਹਰ ਹਰ ਧਰਮ ਦਾ ਸਨਕਾਰ ਕੀਤਾ ਵਾ ਇਹ ਸਾਰੇ ਜਿਹੜੇ ਲੋਕ ਨੇ ਲੁੱਟਣ ਵਾਸਤੇ ਆਏ ਪੰਜਾਬ ਨੂੰ ਕਿਸੇ ਨੂੰ ਪੰਜਾਬ ਦਾ ਕੋਈ ਜਰਦ ਨਹੀਂ ਆ ਇਹ ਸਾਰੇ ਸਿਰਫ ਰਾਜਨੀਤੀ ਵਾਸਤੇ ਆਏ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਜੇਕਰ ਇੱਥੋਂ ਦੇ ਮੁੱਦਿਆਂ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਨੇ ਇਸ ਹਲਕੇ ਦੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਸੀ ਗੱਲ ਨਹੀਂ ਹੋਈ ਮੁੱਦੇ ਬੜੇ ਆ ਜੀ ਇੱਥੋਂ ਦੇ ਖਾਸ ਕਰਕੇ ਜੋ ਇਧਰ ਦਾ ਹਲਕਾਵਾ ਸੜਕਾਂ ਦੀ ਬਿਲਕੁਲ ਮੰਦੀ ਹਾਲਤ ਆ ਸੜਕਾਂ ਦੇ ਟੋਏ ਪਏ ਹੋਏ ਆ ਇਸ ਤੋਂ ਇਲਾਵਾ ਵੀ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਖਾਸ ਕਰਕੇ ਜਿਹੜੇ ਮੁਲਾਜ਼ਮ ਵੀਰ ਸੀ 36000 ਮੁਲਾਜ਼ਮ ਪੱਕੇ ਕਰਨ ਦੀ ਗੱਲ ਸੀ ਘਰ ਘਰ ਨੌਕਰੀ ਦੇਣ ਦੀ ਗੱਲ ਸੀ 36000 ਮੁਲਾਜ਼ਮਾਂ ਨੇ ਸਿਰਫ ਇਹਨਾਂ ਨੇ ਇੱਕ ਪ੍ਰੋਪੋਗੈਂਡਾ ਕੀਤਾ ਵਾ ਇਸ ਤਰ੍ਹਾਂ ਬਾਜੀ ਕਰਕੇ ਕਰੋੜਾਂ ਰੁਪਈਆ ਦਾ ਨੁਕਸਾਨ ਕਰਕੇ ਇੱਕ ਵੀ ਮੁਲਾਜ਼ਮ ਨੂੰ ਪਕਾ ਨਹੀਂ ਕੀਤਾ ਗਿਆ ਲੰਗੜਾ ਪੇਕ ਮਿਸ਼ਨ ਦਿੱਤਾ ਗਿਆ ਪੇਕ ਮਿਸ਼ਨ ਦੇ ਨਾਂ ਤੇ ਬਹੁਤ ਵੱਡੀ ਠੱਗੀ ਹੋਈ ਮੁਲਾਜ਼ਮਾਂ ਨੇ ਇਸ ਕਰਕੇ ਖਾਸ ਕਰਕੇ ਮਨਪ੍ਰੀਤ ਬਾਦਲ ਨੇ ਇੰਨਾ ਸਰਕਾਰ ਦਾ ਇਹਨਾਂ ਦਾ ਨੁਕਸਾਨ ਕਰਾਇਆ ਵਾ ਕਿ ਜਿਹੜਾ ਹੱਦੋਂ ਵੱਧਿਆ ਇਹਨਾਂ ਸਰਕਾਰ ਜਿਹੜੀ ਸੀ ਸਾਰੇ ਲੋਕ ਮਾਰੂ ਨੀਤੀਆਂ ਨਾਲ ਲੈ ਗਈ ਆ ਇਸ ਕਰਕੇ ਪੁਰਜ਼ੋਰ ਅਪੀਲ ਹੈ ਕਿ ਖਾਸ ਕਰਕੇ ਕਾਂਗਰਸ ਨੂੰ ਤੇ ਵੋਟ ਪਾਓ ਹੀ ਨਾ ਜੀ ਜਿਵੇਂ ਅੱਜ ਦਖਣੀ ਹਲਕੇ ਦੀ ਆਪਾਂ ਡਿਬੇਟ ਤੇ ਆਏ ਆ ਸਰਪ ਕਿਉਂਕਿ ਅੱਜ ਕਾਂਗਰਸ ਨੂੰ ਕਿਉਂ ਨਹੀਂ ਆਉਣਾ ਪਿਆ ਕਿਉਂ ਅੱਜ ਵਿਧਾਇਕ ਦੇ ਜਿਹੜੇ ਨਾਲ ਕਰਿੰਦੇ ਆ ਮੈਂ ਕਰਿੰਦਾ ਹੀ ਕਹੂੰਗਾ ਕਿਉਂਕਿ ਉਹਨਾਂ ਨੂੰ ਵੀ ਅੱਜ ਪੈਸੇ ਦੇ ਕੇ ਜੇ ਹਰ ਚੀਜ਼ ਪੈਸੇ ਨਾਲ ਬੋਰਡ ਪੈਸੇ ਨਾਲ ਹਰ ਚੀਜ਼ ਪੈਸੇ ਨਾਲ ਅੱਜ ਬੰਦੇ ਵੀ ਆਪਣੇ ਖਿਲਾਰਾਂ ਚ ਜਵਾਬ ਤੇ ਦਿੰਦਾ ਵੀ ਅੱਜ ਪਾਰਟੀਆਂ ਵਾਲੇ ਅੱਜ ਡਿਬੇਟ ਦੇ ਵਿੱਚ ਕਿਉਂ ਨਹੀਂ ਆਏ ਉਹਨਾਂ ਦਾ ਕਾਰਨ ਕੀ ਆ ਜੇ ਉਹਨੇ 5 ਸਾਲ ਸਿਰਫ ਤੇ ਸਿਰਫ ਸੱਤਾ ਹੰਢਾਈ ਆ ਤੇ 15 ਸਾਲ ਤੋਂ ਜਿਹੜੀ ਆ ਸੱਤਾ ਹੰਢੋਂਦਾ ਆਉਂਦਿਆ ਜੇ ਉਹਨੇ ਪਹਿਲਾਂ ਅਕਾਲੀ ਦਲ ਚ 10 ਸਾਲ ਰਿਆ ਉ ਜਦੋਂ ਉਹਨੂੰ ਪਤਾ ਲੱਗਾ ਵੀ ਹੁਣ ਕਾਲੀ ਦਲ ਦੀ ਬਦਨਾਮੀ ਕਰਤੀ ਆ ਇਲਜ਼ਾਮ ਲੱਗ ਗਿਆ ਵੀ ਇਹ ਸਰਕਾਰ ਐਰਕੀ ਨਹੀਂ ਆ ਰਹੀ ਉਹ ਪਲਟੀ ਮਾਰ ਕੇ ਤੇ ਜਿਹੜਾ ਵਾ ਉਹ ਕਾਂਗਰਸ 'ਚ ਚਲ ਗਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਤੁਹਾਡੇ ਮਾਧਿਅਮ ਰਾਹੀਂ ਵੀ ਅੱਜ ਫੈਸਲਾ ਇਹ ਕਰਨਾ ਵਾ ਵੀ ਪਿਛਲੇ 10 ਸਾਲ ਵਿਕਾਸ ਹੋਇਆ ਜਾਂ ਨਹੀਂ ਹੋਇਆ ਜਿਹੜੀ 5 ਸਾਲ ਇਲਜ਼ਾਮਾਂ ਦੇ ਨਾਲ ਸਰਕਾਰ ਨੂੰ ਬਦਨਾਮ ਕਰਕੇ ਜਿਹੜੀ ਸਰਕਾਰ ਆਈ ਸੀ ਉਹਨੇ ਅੱਜ ਵੀ ਨਸ਼ਿਆਂ ਦਾ ਮੁੱਦਾ ਉੱਥੇ ਤਾਂ ਉੱਥੇ ਹੀ ਆ ਸੋ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਕੰ ਦਾ ਬਹੁਤ ਬਹੁਤ ਸਵਾਗਤ ਹੈ ਗੱਲਬਾਤ ਕੀਤੀ ਜਾ ਰਹੀ ਹੈ ਜਿਕਰ ਇਸ ਹਲਕੇ ਦੇ ਮੁੱਦਿਆਂ ਦੀ ਗੱਲ ਕਰੀਏ 2017 ਚ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਇਸ ਹਲਕੇ ਨੂੰ ਲੈ ਕੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਮੰਨਦੇ ਹੋ ਕਿ ਅਜੇ ਵੀ ਲਟਕੇ ਹੋਏ ਨੇ ਜਿਨ੍ਹਾਂ ਦੀ ਗੱਲ ਨਹੀਂ ਗੱਲ ਹੋਣੀ ਚਾਹੀਦੀ ਪਰ ਹੋ ਨਹੀਂ ਰਹੀ ਸਭ ਤੋਂ ਮੇਨ ਮੁੱਦਾ ਤੇ ਹਲਕਾ ਦਖਣੀ ਦਾ ਸੀ ਕੂੜੇ ਦਾ ਡੰਪ ਉਹ ਸਰਦਾਰ ਇੰਦਰਪੀਰ ਸਿੰਘ ਬਲਾਰੀਆ ਤੇ ਹੋਰ ਵੀ ਜਿਹੜੇ ਆਮ ਪਾਰਟੀ ਦਾ ਲੀਡਰ ਵੀ ਉਹਨਾਂ ਨੇ ਮੌਕੇ ਤੇ ਉਦੋਂ ਧਰਨਾ ਦੇ ਦਿੱਤਾ ਤੇ ਉਹਨਾਂ ਨੇ ਸੌ ਵੀ ਖਾਦੀ ਵੀ ਮੈਂ ਇਹਨੂੰ ਪਹਿਲ ਦੇ ਆਧਾਰ ਤੇ ਚਕਾਵਾਂਗਾ ਉਹ ਜਿਹੜਾ ਅਜੇ ਵੀ ਜਿਹੜਾ ਟੈਂਪ ਆ ਉਸੇ ਤਰ੍ਹਾਂ ਬੇਕਰਾਰ ਆ ਤੇ ਜਿਹੜਾ ਮਤਲਬ ਉਹ ਇਲਾਕੇ ਦੇ ਲੋਕ ਨੇ ਉਹ ਵੀ ਅੱਜ ਜਿਹੜਾ ਬੁਲਾਰੀਆ ਸਾਹਿਬ ਨੂੰ ਪਸੰਦ ਨਹੀਂ ਕਰਦੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਜਦੋਂ ਬੁਲਾਰੀਆ ਜੀ ਦੀ ਸਰਕਾਰ ਸੀ ਕਾਂਗਰਸ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਉਦੋਂ ਗੱਲ ਨਹੀਂ ਹੋਈ ਹੈਗੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਧਿਆਨ ਉਹਦਾ ਨੇ ਇਹਨਾਂ ਨੇ ਉਹ ਮਦਦ ਕੋਈ ਲੈਉਣਗੇ ਉਹਨਾਂ ਦੇ ਧਿਆਨ ਚ ਦੇ ਵਿੱਚ ਫੇਰ ਹੀ ਆਣਾ ਜੇਕਰ ਆਪਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਲੀਡਰ ਕੋਲ ਨਹੀਂ ਪੇਸ਼ ਕਰਾਂਗੇ ਤੇ ਉਹ ਮੁੱਦਾ ਕਦੀ ਵੀ ਹੱਦ ਨਹੀਂ ਹੁੰਦਾ ਭਾਵੇਂ ਕੋਈ ਵੀ ਹੋਵੇ ਮੈਂ ਇਹ ਘਰ ਜਨਾ ਕਿ ਬਲਾਰੀਆ ਸਾਹਿਬ ਨੇ ਧਰਨਾ ਲਗਾਇਆ ਸੀ ਤੇ ਪਛਾਦੇ ਸ਼ਗਨ ਨੂੰ ਸਾਰੇ ਆ ਜਾਂਦੇ ਸੀ ਤੇ ਉਹ ਮੁੱਦਾ ਫੇਰ ਨਹੀਂ ਹੋਇਆ ਕੂੜੇ ਦਾ ਕਿ ਬਲਾਰੀਆ ਸਾਹਿਬ ਕਹਿੰਦਾ ਸੀ ਮੈਂ ਇਲੈਕਸ਼ਨ ਕਾਦ ਲੜਾਂਗਾ ਕਸਮ ਖਾਦੀ ਮੈਂ ਇਲੈਕਸ਼ਨ ਕਾਦ ਲੜਾਂਗਾ ਜਨਾਜ ਮੈਂ ਕੂੜੇ ਦਾ ਢੇਰ ਨਹੀਂ ਚੁੱਕਾਂਗਾ ਤੇ ਅੱਜ ਬਲਾਰੀਆ ਸਾਹਿਬ ਵੋਟ ਲੈਣ ਦੇ ਹੱਕਦਾਰ ਨਹੀਂ ਬੋਟ ਲੈਂਡ ਦੇ ਹੱਕਦਾਰ ਨਹੀਂ ਅਜਾ ਕਿਸਾਨਾਂ ਦੀ ਕਿਹੜੀ ਸਮੱਸਿਆ ਹੈ ਜਾਂ ਫਿਰ ਮੈਂ ਅਸਲ ਚੱਕੋ ਵੀਰ ਜੀ ਨੂੰ ਸਵਾਲ ਪੁੱਛਦਾ ਜਵਾਬ ਦੇਣਾ ਚਾਹੁੰਦਾ ਵੀ ਇੱਕ ਪ੍ਰਕਾਸ਼ ਸਿੰਘ ਬਾਦਲ ਨੇ ਬਿੱਲ ਮਾਫ ਕੀਤੇ ਆ ਵੀਰ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਸਾਹਮਣੇ ਦਸਣਦੇ ਵੀ ਆ ਅਸੀਂ 20 ਸਾਲ ਲਗਾਤਾਰ ਫਿਕਰਸ਼ ਕਰਦੇ ਹੋ ਗਏ ਆ ਪਹਿਲਾਂ ਵੀ ਜਿਹੜੇ ਬਿੱਲ ਮਾਫ ਹੋਏ ਆ ਆਪ ਖੁਦ ਲੜਾਈ ਲੜ ਕੇ ਬਿੱਲ ਮਾਫ ਕਰਾਏ ਆ ਅੰਗਰੇਜ਼ ਸਿੰਘ ਬਾਕੀਪੁਰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇੰਨਾ ਸਰਕਾਰਾਂ ਦੇ ਕਰਤੂਤਾਂ ਸੀ ਵੀ ਸਾਡਾ ਇੱਕ ਬਾਕੀਪੁਰ ਦਾ ਅੰਗਰੇਜ਼ ਸਿੰਘ ਵੀਰ ਇੱਕ ਬਿੱਲਾਂ ਦੀ ਭੇਟ ਚੜਿਆ ਵਾ ਇਹਨਾਂ ਦੇ ਕਹਿਣ ਕਰਕੇ ਬਿੱਲ ਮਾਫ ਨਹੀਂ ਹੋਏ ਬਿਲ ਮਾਫ ਹੋਇਆ ਸਾਡੇ ਆਪਣੇ ਸੰਘਰਸ਼ ਕਰਕੇ ਸੰਘਰਸ਼ ਲੜਾਈ ਲੜ ਕੇ ਅਸੀਂ ਉਹ ਬਿਲ ਮਾਫ ਕਰਾਇਆ ਨਾ ਕਿ ਇਹ ਸਰਕਾਰਾਂ ਨੇ ਹੁਣ ਦਿੱਤਾ ਕੋਈ ਸਰਕਾਰਾਂ ਹਜ ਤੱਕ ਲੁੱਟਿਆ ਵਾ ਕਿਸਾਨਾਂ ਨੂੰ ਤੇ ਲੁੱਟਿਆ ਹੋਇਆ ਹਮੇਸ਼ਾ ਗਰੀਬ ਤੇ ਮਜਲੂਮ ਜਾਂਦਾ ਜੀ ਮਿਹਨਤ ਕਾਸ਼ ਜਿਹੜੇ ਅਮੀਰ ਲੋਕ ਆ ਜਿਹੜੇ ਤਨਾਟ ਲੋਕ ਆ ਉਹਨਾਂ ਦਾ ਇੱਕ ਸਾਂਝਾ ਗਰੁੱਪ ਹੈ ਲੁਟੇਰਾਂ ਦਾ ਗਰੁੱਪ ਹੈ ਜੀ ਤੇ ਦਾ ਕਰਕੇ ਇਹ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਇਹ ਸਿਰਫ ਦੇ ਸਿਰਫ ਕਿਸਾਨਾਂ ਦਾ ਅੰਦੋਲਨ ਸੀ ਵੀ ਇਹ ਬਿਲ ਮਾਫ ਹੋਇਆ ਜੀ ਠੀਕ ਹੈ ਜਵਾਬ ਲੈਂਦੇ ਆਂ ਅਕਾਲੀ ਦਲ ਤੋਂ ਮੈਂ ਸਰਦਾਰ ਜੀ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਠੀਕ ਹੈ ਸੰਘਰਸ਼ ਕੀਤਾ ਗਿਆ ਸੰਘਰਸ਼ ਕੀਤਾ ਗਿਆ ਕਿਸਾਨਾਂ ਦੇ ਪਲੇਟਫਾਰਮ ਨੂੰ ਉਹਦੇ ਬੋਰਡ ਦੇ ਤਹਿਤ ਜੇ ਆਪਾਂ ਗੱਲ ਕਰ ਲਈਏ ਜਿਹੜੇ ਕਿਸਾਨ ਉੱਥੇ ਬੈਠੇ ਹੀ ਉਹ ਇਕੱਲੇ ਕਿਸਾਨ ਯੂਨੀਅਨ ਦੇ ਵਿਅਕਤੀ ਨਹੀਂ ਸੀ ਉਹ ਸਾਰੀਆਂ ਪਾਰਟੀਆਂ ਦੇ ਹੀ ਵਿੱਚੇ ਹੀ ਕਾਂਗਰਸ ਦੇ ਵਿੱਚੇ ਅਕਾਲੀ ਦਲ ਦੇ ਹੀ ਸਿਰ ਤੇ ਸਿਰਫ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਆ ਜੇ ਆਪਾਂ ਕਹਿ ਲਈਏ ਕਿਸਾਨੀ ਦੀ ਕਿਸਾਨੀ ਦੀ ਗੱਲ ਨਾ ਕਰੀਏ ਆਪਾਂ ਆਪਾਂ ਸਾਰੇ ਸਮੁੱਚੇ ਪੰਜਾਬ ਨੇ ਲੜਾਈ ਲੜੀ ਆ ਠੀਕ ਆ ਪਲੇਟਫਾਰਮ ਇਹਨਾਂ ਦਾ ਹੀ ਸਟੇਜ ਇਹਨਾਂ ਦੀ ਹੀ ਪਰ ਹਰ ਵਿਅਕਤੀ ਨੇ ਹਰ ਵਿਅਕਤੀ ਨੇ ਉਹਦੇ ਚ ਯੋਗਦਾਨ ਪਾਇਆ ਵਾ ਜੇ ਆਪਾਂ ਗੱਲ ਕਰ ਲਈਏ ਜਿੱਦਾਂ ਵੀਰ ਨੇ ਕਿਹਾ ਵਾ ਜਿੱਡਾ ਵੱਡਾ ਸੰਘਰਸ਼ ਹੋਣ ਚੱਲਿਆ ਤੇ ਫਿਰ ਤੇ ਦਾਅਵੇ ਨਾ ਕਹਿ ਸਕਦਾ ਮੈਂ ਵੀ ਜਿੰਨੇ ਲੋਕ ਇਹਨਾਂ ਦੇ ਮਗਰੀ ਫਿਰ ਪੰਜਾਬ ਚ ਸਰਕਾਰ ਇਹਨਾਂ ਦੀ ਬਣਨੀ ਚਾਹੀਦੀ ਆ ਤੇ ਤੁਸੀਂ ਵੀ ਦੇਖ ਲਿਓ ਵੀ ਸਰਕਾਰ ਫਿਰ ਕੀ ਦੀ ਬੰਨੀ ਆ ਪ੍ਰੈਸ਼ਰ ਗਰੁੱਪ ਦਾ ਕੰਮ ਕਰਦੇ ਨੇ ਹਾਂ ਠੀਕ ਆ ਪ੍ਰੈਸ਼ਰ ਗਰੁੱਪ ਦਾ ਕੰਮ ਕਰਨ ਪਰ ਇਹ ਵੱਡਾ ਦਾਵਾ ਨਾ ਕਰਨ ਇਹ ਵੀ ਇਹਨਾਂ ਨੂੰ ਇੱਕ ਗੱਲ ਤਾਂ ਵੀ ਇਹਨਾਂ ਨੂੰ ਦੱਸਣਾ ਚਾਹੀਦਾ ਵਾ ਵੀ ਜਿੰਨੇ ਵੀ ਲੋਕ ਆਏ ਆ ਨਾ ਲੋਕ ਪੰਜਾਬੀਅਤ ਵਾਸਤੇ ਪੰਜਾਬ ਦੀ ਲੜਾਈ ਵਾਸਤੇ ਆਪਣੇ ਹੱਕਾਂ ਵਾਸਤੇ ਆਏ ਆ ਨਾ ਕਿ ਕੱਲਾ ਆਪਣਾ ਨਾਂ ਵਰਤਣ ਅਸੀਂ ਤੁਸੀਂ ਹਲਕਾ ਦਖਣੀ ਚਾਏ ਜੇ এবੀਪੀ ਨਿਊਜ਼ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਥੋੜੀ ਜਿਹੀ ਹਲਕੇ ਦੀ ਵੀ ਗੱਲ ਕਰ ਲਈਏ ਸਾਡੇ ਹਲਕੇ ਦੇ ਵਿੱਚ ਤਿੰਨ ਚਾਰ ਮੇਜਰ ਪ੍ਰੋਬਲਮ ਨੇ ਇੱਕ ਤੇ ਸਾਡੇ ਸਿਰ ਦੇ ਉੱਪਰ ਅੱਧਾ ਕਿਲੋਮੀਟਰ ਉੱਤੇ ਡੰਪ ਹੈ ਕੂੜੇ ਦਾ ਜਿਹਦੇ ਨਾਲ ਆਲੇ-ਦੁਆਲੇ 10 ਕਿਲੋਮੀਟਰ ਏਰੀਏ ਦੇ ਵਿੱਚ ਸਾਰੀ ਬਿਮਾਰੀਆਂ ਸਕਿਨ ਦੀਆਂ ਬਿਮਾਰੀਆਂ ਨਾਲ ਲੋਕੀ ਜੂੰਜ ਰਹੇ ਨੇ ਹਲਕਾ ਵਿਧਾਇਕ ਦੇ ਲਾਰੇ ਸੀ ਕਿ ਮੈਂ ਇੱਥੇ ਸਾਦਾ ਹਸਪੀਟਲ ਬਣਾਵਾਂਗਾ ਮੈਂ ਚਮੜੀ ਦਾ ਹਸਪੀਟਲ ਬਣਾਵਾਂਗਾ ਸਾਨੂੰ ਮਿਲਿਆ ਕੁਝ ਨਹੀਂ ਉਸ ਤੋਂ ਇਲਾਵਾ ਤੁਸੀਂ ਮੇਰੇ ਨਾਲ ਕੈਮਰਾ ਲੈ ਕੇ ਜਦੋਂ ਮਰਜ਼ੀ ਕਿਸੇ ਵੀ ਘਰ ਚ ਹ ਰੰਗ ਵਾਲਾ ਪਾਣੀ ਆਂਦਾ ਜਾਂ ਕਦੀ ਪੀਲਾ ਜਾਂ ਕਦੀ ਕਾਲਾ ਤੇ ਉਥੋਂ ਆਪ ਵੀ ਕੋਈ ਵਿਧਾਇਕ ਦਾ ਬੰਦਾ ਪੀ ਕੇ ਵੇਖੇ ਹਲਕਾ ਦੱਖਣੀ ਵਿਕਾਸ ਦੀ ਤੇ ਗੱਲ ਹੀ ਛੱਡੋ ਹਲਕਾ ਦੱਖਣੀ ਨੂੰ ਬੇਸਿਕ ਜ਼ਰੂਰਤਾਂ ਜਣੀਆਂ ਸਾਡੀਆਂ ਸੀ ਸਾਫ਼ ਸੁਥਰਾ ਪਾਣੀ ਸਾਫ਼ ਸੁਥਰੀਆਂ ਸੜਕਾਂ ਸਾਫ਼ ਸੁਥਰਾ ਦੀ ਸੀਵਰੇਜ ਦੀ ਪ੍ਰਣਾਲੀ ਦੀ ਸਬੰਧਤਾ ਸਾਨੂੰ ਉਹੀ ਨਹੀਂ ਮਿਲੀਆਂ ਵਿਕਾਸ ਤੇ ਸਾਡੇ ਹਲਕਾ ਦੱਖਣੀ ਚੋਂ ਕੋਸਾ ਦੂਰ ਚਾ ਚੁੱਕਿਆ ਵਾ ਪਿਛਲੇ 15 ਸਾਲਾਂ ਦੇ ਵਿੱਚੋਂ ਵਿਕਾਸ ਦੇ ਦਾਅਵੇ ਕਿਸ ਨੇ ਵਿਧਾਇਕ ਕਰ ਸਕਦਾ ਜਦੋਂ ਕਿ ਹਰ ਘਰ ਦੇ ਵਿੱਚ ਗੰਦਾ ਪਾਣੀ ਪੀਣ ਨੂੰ ਲੋਕੀ ਮਜਬੂਰ ਨੇ ਬਿਮਾਰੀਆਂ ਦੇ ਨਾਲ ਹਲਕਾ ਦੱਖਣੀ ਦੀ ਜਨਤਾ ਪੌਣੇ 2 ਲੱਖ ਜਨਤਾ ਇਸ ਸਭ ਵਿਧਾਇਕ ਵਿਧਾਇਕ ਵੱਲੋਂ ਜਾਂ ਵਿਧਾਇਕ ਦੇ ਬੰਦੇ ਵੱਲੋਂ ਸਾਡੀ ਗੱਲ ਨਹੀਂ ਸੁਣੀ ਗਈ ਅੱਛਾ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤਾਂ ਕਿੰਨਾ ਰੋਜ਼ਗਾਰ ਮਿਲੇ ਇਸ ਹਲਕੇ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਬੇਰੋਜ਼ਗਾਰੀ ਵੱਡੀ ਸਮੱਸਿਆ ਹੈ ਵੇਖੋ ਜੀ ਰੋਜ਼ਗਾਰ ਵਾਲੀ ਗੱਲ ਤੇ ਦਿਮਾਗ 'ਚ ਇਹਨਾਂ ਨੇ ਤੇ ਉਹ ਮੁੱਦਿਆਂ ਤੇ ਨਹੀਂ ਆਉਂਦੇ ਨਾ ਇਹ ਤੇ ਸਾਰਾ ਭਾਂਡਾ ਜਿਹੜਾ ਵਾ ਕੈਪਟਨ ਸਾਹਿਬ ਤੇ ਛੁੱਟ ਕੇ ਤੇ ਆਪਣੀ ਇੱਕ ਚੰਨੀ ਜਿਹੜੀ ਆ 111 ਦਿਨ ਦੀ ਸਰਕਾਰ ਉਹ ਵੀ ਉਹ ਇਨਸਾਨ ਜਿਨੇ 111 ਦਿਨਾਂ 'ਚ ਆਪਣੇ ਘਰ ਦਾ ਵਿਕਾਸ ਕੀਤਾ ਤੇ ਰੇਤਾ ਦਾ ਜਿਹੜੇ ਉਹਦੇ ਭਨੇ ਪਹਾਂਜੇ ਤੇ ਆ ਬਲੈਕ ਕਲੈਕੈਟ ਕਮਾਂਡੋ ਕੀਦੇ ਉਹ ਚੰਨੀ ਦੇ ਸੀ ਜਿਹੜਾ ਅੱਜ ਇਹਨਾਂ ਨੇ ਮੁੱਖ ਮੰਤਰੀਆਂ ਲਾਣੇ ਆ ਨਹੀਂ ਤੇ ਇੱਕ ਮੇਰੇ ਵਰਗੇ ਕਿ ਕੋਣੀ ਆ ਬਲੈਕ ਕਮਾਂਡੋ ਉਹ ਤਾਂ ਦਿੱਤੇਗੇ ਵੀ ਉਹਨੂੰ ਪੂਰੀ ਚੜਤ ਦਿੱਤੀ ਗਈ ਵੀ ਤੂੰ ਰੱਜ ਕੇ ਮਾਈਨਿੰਗ ਕਰ ਰੱਜ ਕੇ ਰੁਪਈਏ ਕਮਾ ਕਿਉਂਕਿ ਹੋਰ ਮਹੀਨੇ ਤੋਂ ਤੱਕ ਜਿਹੜੀ ਇਲੈਕਸ਼ਨ ਆ ਰਹੀ ਆ ਫਿਰ ਇਲੈਕਸ਼ਨ 'ਚ ਫੰਡ ਜਾਣੇ ਸੀ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਇਹ ਜਿਹੜੀ ਸਰਕਾਰ ਆ ਇਹਨਾਂ ਨੇ ਭਾਂਡੇ ਭੰਨ ਕੇ ਕੈਪਟਨ ਸਾਹਿਬ ਦੇ ਉੱਪਰ ਵੀ ਕੈਪਟਨ ਨੇ ਨਹੀਂ ਕੀਤਾ ਜਿਹੜੇ ਚੰਨੀ ਸੀ ਉਹਨਾਂ ਦੇ ਮੁੱਖ ਮੰਤਰੀ ਸੀ ਜੇ ਅੱਜ ਬਰਗਾੜੀ ਦਾ ਜੇ ਨਹੀਂ ਮਸਲਾ ਹੱਲ ਹੋਇਆ ਜੇ ਅੱਜ ਨਸ਼ਿਆਂ ਦਾ ਨਹੀਂ ਮਸਲਾ ਹੱਲ ਹੋਇਆ ਤੇ ਉਹਦਾ ਕਾਰਨ ਇਹ ਜਿਹੜੇ ਅੱਜ ਕੈਬਨਟ ਜਿਹੜੀ ਸੀ ਉਦੋਂ ਸਤੀਫਾ ਦਿੰਦੀ ਜੇ ਇੱਕ ਸਾਲ ਤੱਕ ਕੈਪਟਨ ਨਹੀਂ ਸੁਣਦਾ ਸੀ ਤੇ ਉ ਅੱਛਾ ਇਹਨਾਂ ਨੂੰ ਕੋਈ ਨਾ ਕੋਈ ਵਿਕਾਸ ਦਾ ਜਾਂ ਕੋਈ ਮੁੱਦਿਆਂ ਤੇ ਇਹ ਲੜਾਈ ਲੜ ਲੈਂਦੇ ਅੱਛਾ ਨਸ਼ੇ ਦੀ ਗੱਲ ਕਰਦੇ ਹਾਂ ਜਦੋਂ 17 2017 ਦੀਆਂ ਚੋਣਾਂ ਸਨ ਜਾਂ ਬੇਅਦਬੀ ਦਾ ਮੁੱਦਾ ਤਾਂ ਅਕਾਲੀ ਦਲ ਦੀ ਸਰਕਾਰ ਵੇਲੇ ਬੜਾ ਗਰਮਾਇਆ ਕੀ ਅਕਾਲੀ ਦਲ ਨੇ ਨਸ਼ੇ ਜਾਂ ਬੇਅਦਬੀ ਦੇ ਮੁੱਦੇ ਸੁਲਝਾਏ ਕਿ ਨਹੀਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀਰ ਜੀ 1995 ਦਾ ਨਸ਼ਾ ਪੰਜਾਬ 'ਚ ਆਇਆ ਠੀਕ ਆ ਉਦੋਂ ਨਾ سوشل میڈیا ਸੀ ਤੇ ਨਾ ਹੀ ਕੋਈ ਫੋਨ ਸੀ ਵੀ ਜਿੰਨਾ ਹੀ ਲੋਕਾਂ ਨੂੰ ਬਖਾ ਸਕੀ ਆ ਵੀ ਉਦੋਂ ਵੀ ਨਸ਼ਾ ਚੱਲਦਾ ਸੀ ਅੱਜ ਵੀ ਦਿੱਲੀ ਦੇ ਪੁਲਾਂ ਦੇ ਥੱਲੇ ਜਿਹੜਾ ਅੱਜ ਕੈਜਰੀਵਾਲ ਬੋਲ ਰਿਹਾ ਵਾ ਦਿੱਲੀ ਦੇ ਪੁਲਾਂ ਦੇ ਥੱਲੇ ਅੱਜ ਵੀ ਲੋਕ ਜਿਹੜੇ ਆ ਉਹ ਜਿਹੜੇ ਮੰਗਤੇ ਆ ਅੱਜ ਵੀ ਟੀਕੇ ਲਾ ਰਹੇ ਆ 1995 ਦਾ ਨਸ਼ਾ ਆਇਆ ਸੀ 2007 ਦੇ ਵਿੱਚ ਮੋਬਾਈਲ ਆਏ ਸੋਸ਼ਲ ਮੀਡੀਆ ਫੇਸਬੁੱਕ ਆਈ ਤੇ ਲੋਕਾਂ ਨੇ ਵਾਇਰਲ ਕਰਨੀਆਂ ਸ਼ੁਰੂ ਕੀਤੀਆਂ ਤੇ ਅੱਜ ਜਿਹੜਾ ਇਲਜ਼ਾਮ ਆ ਗਿਆ ਕਿਉਂਕਿ ਸਰਕਾਰ ਕਾਲੀ ਦਲ ਦੀ ਸੀ ਇਲਜ਼ਾਮ ਪੰਡਾ ਭੱਜ ਗਿਆ ਕਾਲੀ ਦਲ ਦੇ ਸਿਰ ਤੇ ਤੇ ਇਹਨਾਂ ਨੇ 10 ਸਾਲ ਭੰਡ ਕੇ ਉਤੋਂ ਬਾਅਦ 17 ਚ ਸਰਕਾਰ ਬਣਾਈ ਤੇ ਅੱਜ ਮਾਵਾ ਦੇ ਪੁੱਤ ਜੇ ਅੱਜ ਮਕਬੂਲਪੁਰਾ ਚਲ ਜੇ ਉਥੇ ਜਿਹੜਾ ਹਾਲਾਤ ਆ ਉਹ ਪਤਾ ਕੀ ਆ ਵੀ ਹਰ ਘਰ ਦੇ ਵਿੱਚ ਵਿਧਵਾਵਾ ਹਰ ਘਰ ਦੇ ਵਿੱਚ ਅੱਛਾ ਕਿਸਾਨਾਂ ਦੀ ਜੇਕਰ ਗੱਲ ਕਰੀਏ 2 10 ਸਾਲ ਅਕਾਲੀ ਦਲ ਨੇ ਜਿਹੜਾ ਰਾਜ ਕੀਤਾ ਹੈ ਕੇਂਦਰ ਦੀ ਸਰਕਾਰ ਦੇ ਨਾਲ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਕਰਨ ਆੜਾ ਲਾਇਆ ਹੁਣ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਕਿਸਾਨਾਂ ਦੀ ਹਤੈਸ਼ੀ ਹੋ ਸਕਦੀ ਹੈ ਵੇਖੋ ਜੀ ਇਹ ਸਭ ਕਿਸਾਨਾਂ ਨੂੰ ਜਾਗਰੂਕ ਹੋਣਾ ਪਾਣਾ ਵਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆਉਂਦੀਆਂ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਝਾੜੂ ਵਾਲੇ ਆ ਇਸਾਂ ਰਲ ਕੇ ਦੇਸ਼ ਨੂੰ ਲੁੱਟਣ ਦੀ ਤਿਆਰੀ ਕਰਨ ਰਿਹਾ ਜੇ ਸਾਡੇ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਤੇ ਹੋ ਸਕਦਾ ਵਾ ਦੇਸ਼ ਵੱਜ ਜਾਵੇ ਜੇ ਜੇ ਨਾ ਆਪਾਂ ਜਾਗਰੂਕ ਹੋਏ ਤੇ ਇਹਨਾਂ ਨੇ ਵਾਰੀਆਂ ਬੰਦੀਆਂ ਵਿੱਚ ਕਦੀ ਕੋਈ ਪਾਰਟੀ ਆਂਦੀ ਕਦੀ ਕੋਈ ਪਾਰਟੀ ਆਉਂਦੀ ਇਹ ਸਭ ਲੁੱਟਦਾ ਹੀ ਇਹਨਾਂ ਨੇ ਆਪਣਾ ਏਜੰਡਾ ਰੱਖਿਆ ਵਾ ਇੰਨੀ ਅੰਦੋਲਨਾਂ ਚੋਂ ਵੀ ਪਾਰਟੀ ਨਿਕਲੀਏ ਰਾਜੇਵਾਲਾ ਤੇ ਚੜੂਨੀ ਨੇ ਪਾਰਟੀ ਬਣਾਈ ਹੈ ਹਾਂਜੀ ਸਾਡੇ ਮੇਰੇ ਖਿਆਲ ਨਾਲ ਬੱਤੀ ਜਿਹਾ ਬੰਦੀਆਂ ਵਿੱਚੋਂ ਸਿਰਫ ਕੋਈ 20-22 ਜਿਹਾ ਬੰਦੀਆਂ ਇਲੈਕਸ਼ਨ ਲੜ ਰਹੀਆਂ ਵਾ ਅਸੀਂ ਉਹਨਾਂ ਦੇ ਮੰਨ ਲਓ ਰੋਚੇ ਅਸੀਂ ਇਲੈਕਸ਼ਨ ਲੜ ਰਹਾ ਹੈ ਪਰ ਵੋਟ ਵੋਟ ਪਾਉਣ ਦਾ ਸੰਵਿਧਾਨਕ ਆ ਕੇ ਆ ਵੋਟ ਜਿੱਥੇ ਸਾਡਾ ਮਨ ਕਰੂਗਾ ਉਥੇ ਪਾਵਾਂਗੇ ਪਰ ਅਸੀਂ ਇਲੈਕਸ਼ਨ ਤੋਂ ਬਾਹਰ ਆ ਜੀ ਲੋਕ ਕਿਸਾਨ ਕੀ ਭੂਮਿਕਾ ਨਿਭਾਉਣਗੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਹੱਕਾਂ ਦੇ ਲਈ ਜਾਂ ਪੰਜਾਬ ਦੇ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜੀ ਮੇਰਾ ਪਿੰਡ ਚਾਟੀਵਿੰਡ ਬਿਲਕੁਲ ਨਾਲ ਜਿੱਥੇ ਆਪਾਂ ਖਲੋਤੇ ਚਾਟੀਵਿੰਡ ਗੇਟ ਆ ਇਹ ਤੋਂ ਗਾੜੀ ਅੱਗੇ ਚਾਟੀਵਿੰਡ ਪਿੰਡ ਆ ਸਾਡੇ ਪਿੰਡ ਕਿਰੇ ਤੁਹਾਡਾ ਸਮਾ ਬਣਿਆ ਕਿ ਪ੍ਰੋਗਰਾਮ ਰੱਖਿਓ ਚਾਟੀਵਿੰਡ ਚ ਚਾਟੀਵਿੰਡ ਚ ਕੋਈ ਘੱਟੋ-ਘੱਟ 35-40 ਕਰ ਰਿਹਾ ਜਿਨ੍ਹਾਂ ਦੇ ਸਾਰੇ ਸਾਰੇ ਟੱਬਰ ਦੇ ਬੱਚੇ ਅਸੀਂ ਨਾਲ ਸਾਰੇ ਮਰਗੇ ਨਸ਼ਾ ਕਰ ਤੇ ਕਾਲੀ ਆ ਹੁਣ ਪਿੱਛੇ ਕਾਂਗਰਸ ਰਹਿ ਚੁੱਕੀ ਆ ਤੇ ਕਾਂਗਰਸ ਨੇ ਉਹ ਨਸ਼ੇ ਨੂੰ ਸਪੋਰਟ ਹੀ ਕੀਤੀ ਆ ਪਹਿਲੋ ਕਲਦਾਲ ਸੀ ਕਲਦਾਲ ਨੇ ਨਸ਼ਾ ਰੱਜ ਕੇ ਵੇਚਿਆ ਜੀ ਮੇਰੇ ਖੁਦ ਮੈਂ ਦੱਸ ਦੇਣਾ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਅਸੀਂ ਨਸ਼ੇ ਦਾ ਵਿਰੋਧ ਕੀਤਾ ਮੇਰੇ ਤੇ ਲੁੱਟ ਖੋਹ ਦਾ 50 ਹਜ਼ਾਰ ਦਾ ਪਰਚਾ ਕੀਤਾ ਗਿਆ ਇਹ ਕਾਂਗਰਸ ਸਰਕਾਰ ਦੇ ਅੰਦਰ ਜਿਹਨੇ ਕਰਵਾਇਆ ਕਾਂਗਰਸ ਸਰਕਾਰ ਨੇ ਕਾਂਗਰਸ ਰਾਣ ਮੇਰੇ ਤੇ ਪਰਚਾ ਕਰਾਇਆ ਤੇ ਅਸੀਂ ਵਿਰੋਧ ਕੀਤਾ ਇਹ ਵੀਰ ਆ ਸੀ 35 40 ਵੀਰਾਂ ਨੇ ਗਰੁੱਪ ਬਣਾਇਆ ਵੀ ਨਸ਼ਾ ਨਹੀਂ ਪਿੰਡ ਵਿੱਚ ਵੇਖਣ ਦੇਣਾ ਪਰ ਕਾਂਗਰਸੀਆਂ ਨੇ ਇਕੱਠੇ ਹੋ ਕੇ ਜਿਹੜੇ ਉੱਪਰ ਸਰਕਾਰਾਂ ਸੀ ਉਸ ਹੱਡਾ ਢਲ ਗਿਆ ਤਾਂ ਸਿੰਘ ਡੀਸੀ ਆ ਉਹਨਾਂ ਨੇ ਮੇਰੇ ਤੇ ਪਰਚਾ ਕਰਿਆ ਤੇ ਕਲਦਲ ਨੂੰ ਨਾਰਾ ਲਾਇਆ ਵਈ ਇਹਨੇ ਕਈ ਵੀ ਕਲਦਲ ਦੇ ਪਾਸੇ ਜਾਂਦਾ ਵਾ ਕਲਦਲ ਨੇ ಕಾಂಗ್ರೆਸ ਦੇ ਨਾਲ ਕੇ ਪਰਚਾ ਕਰਵਾਇਆ ਜੀ ਮੇਰੇ ਤੇ ਪਰਚਾ ਆ ਖੋਤੇ ਜੀ ਠੀਕ ਹੈ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਗੱਲਬਾਤ ਜਾਰੀ ਹੈ ਇਸ ਹਲਕੇ ਦੀਆਂ ਕੀ ਮੁਸ਼ਕਲਾਂ ਨੇ ਤੇ ਕਿਹੜੀਆਂ ਸਮੱਸਿਆਵਾਂ ਕਾਂਗਰਸ ਨੇ ਹੱਲ ਕਰਨ ਦਾ ਦਾਵਾ ਕੀਤਾ ਜਿਹੜੀਆਂ ਹੱਲ ਨਹੀਂ ਕਰਵਾਈਆਂ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਇਸ ਪਾਰਕ ਦਾ ਨਾਮ ਆਪਣੇ ਪਿਤਾ ਦੇ ਨਾਮ ਤੇ ਰੱਖਿਆ ਹਲਕਾ ਸਵਾਰਨ ਦੀ ਗੱਲ ਛੱਡੋ ਉਹਨਾਂ ਦੇ ਪਿਤਾ ਜੀ ਦੀ ਇੱਥੇ ਫੋਟੋ ਲੱਗੀ ਹੈ ਕਿ ਮੂਰਤੀ ਬਣੀ ਹੈ ਮੈਂ ਕਹਿੰਨਾ ਕਿ ਉਹ ਆਪਣੇ ਇੰਨੇ ਅਸ਼ੋ ਆਰਾਮ ਦੇ ਵਿੱਚ ਮਸਤ ਨੇ ਕਿ ਇਹਨਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਪਿਤਾ ਜੀ ਦੀ ਮੂਰਤੀ ਦਾ ਹਾਲ ਵੇਖੋ ਕੀ ਹੋਇਆ ਪਿਆ ਤੇ ਹਲਕੇ ਨੂੰ ਕੀ ਸਵਾਰਨਾ ਹੈ ਤੇ ਗੱਲ ਕਰੀਏ ਜੇ ਨਸ਼ੇ ਦੀ ਅੱਜ ਐਸੇ ਪਾਰਕ ਦਾ ਤੁਸੀਂ ਕੈਮਰਾ ਲੈ ਕੇ ਦੌਰਾ ਕਰ ਲਓ ਮੇਰੇ ਖਿਆਲ ਨਾਲ ਬੋਕਰ ਦੇ ਨਾਲ ਹੁੰਜ ਕੇ ਸਰਿੰਜਾਂ ਇਕੱਠੀਆਂ ਕਰੋਗੇ ਤੁਸੀਂ ਐਸ ਪਾਰਕ ਨੂੰ ਬਣਾਇਆ ਗਿਆ ਸੀ ਲੋਕਾਂ ਵਾਸਤੇ ਲੋਕਾਂ ਨੇ ਸ부ਰਧ ਕੀਤਾ ਗਿਆ ਸੀ ਪਰ ਇੱਥੇ ਜਿੰਨੇ ਨਸ਼ੇੜੀ ਜਿੰਨੇ ਆਸ਼ਕ ਸਾਰੇ ਇੱਥੇ ਇਕੱਠੇ ਹੁੰਦੇ ਨੇ ਕੋਈ ਵੀ ਕਿਸੇ ਵਾਸਤੇ ਕੋਈ ਸਹੂਲਤ ਨਹੀਂ ਆ ਤੇ ਜੇ ਤੁਸੀਂ ਹਲਕਾ ਦੱਖਣੀ ਦੇ ਵਿੱਚ ਘੁੰਮ ਕੇ ਵੇਖ ਲੋ ਇੰਨੇ ਜ਼ਿਆਦਾ ਮੁੱਦੇ ਨੇ ਇਹਨਾਂ ਨੇ ਬਲਾਰੀਆ ਸਾਹਿਬ ਨੇ ਕਿਹਾ ਸੀ ਕਿ ਮੈਂ ਸੋਖਾ ਕੇ ਕਹਿਣਾ ਵੀ ਮੈਂ ਇੱਥੇ ਡੰਪ ਚਕਾਵਾਂਗਾ ਜੇ ਮੈਂ ਡੰਪ ਨਾ ਚਕਾ ਸਕਿਆ ਤੇ ਮੈਂ ਦੁਬਾਰਾ ਇਲੈਕਸ਼ਨ ਨਹੀਂ ਲੜਾਂਗਾ ਤੇ ਸੁਲਤਾਨਵਾਲਾ ਪਿੰਡ ਦੇ ਵਿੱਚ ਜਾ ਕੇ ਵੇਖ ਲੋ ਉੱਥੇ ਕੀ ਹਾਲਾਤ ਨੇ ਇਹਨਾਂ ਨੇ ਕਿਹਾ ਸੀ ਜੇ ਮੈਂ ਸੁਲਤਾਨਵਾਲਾ ਪਿੰਡ ਦੇ ਵਿੱਚ ਤਾਂ ਵੜਾਂਗਾ ਤਤੋਂ ਇਲੈਕਸ਼ਨ ਲੜਾਂਗਾ ਜੇ ਮੈਂ ਇੱਥੇ ਸੀਵਰੇਜ ਦਾ ਕੰਮ ਸਾਰਾ ਮੁਕੰਮਲ ਕਰਾਵਾਂਗਾ ਤੇ ਸੁਲਤਾਨਵਿੰਡ ਰੋਡ ਤੁਸੀਂ ਜਾ ਕੇ ਉੱਥੇ ਪਿੰਡ ਦੇ ਵਿੱਚ ਵੇਖ ਲਓ ਅੱਜ ਵੀ ਜੇ ਬਾਰਿਸ਼ ਹੋ ਜਾਂਦੀ ਹੈ ਨਾ ਤੇ ਮੇਰੇ ਖਾਲਸਾ ਗੋਡੇ-ਗੋਡੇ ਚਿੱਕੜ ਹੋ ਜਾਂਦਾ ਵਾ ਮੈਂ ਇਹੋ ਗੱਲ ਕਹਿਣੀ ਚੋਣਾਂ ਵਾ ਵੀ ਅੱਜ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਵਾ ਇਹ ਪਹਿਲਾਂ ਅਕਾਲੀ ਦਲ ਤੋਂ ਐਮਐਲਏ ਸਨ ਉਦੋਂ ਦੇ ਜਿਹੜੇ ਬਾਦਲ ਸਾਹਿਬ ਨੇ ਪੈਸੇ ਦਿੱਤੇ ਸੀ ਜਿਹੜੇ ਉਦੋਂ ਕੰਮ ਹੋਏ ਨੇ ਉਸ ਤੋਂ ਬਾਅਦ ਇਹ ਕਾਂਗਰਸ ਪਲਟੀ ਮਾਰ ਗਏ ਇਹ ਮੌਕਾ ਪ੍ਰਸ ਲੀਡਰ ਨੇ ਪਰ ਹੁਣ ਮੈਂ ਲੋਕਾਂ ਨੂੰ ਇਹੋ ਕੇ ਅਪੀਲ ਕਰਨੀ ਚਾਹੁੰਨਾ ਵਾ ਵੀ ਲੋਕਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਕਿਹੜਾ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਵਾ ਕਿਹੜਾ ਸਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਲੀ ਪਾਰਟੀ ਗੈਰ ਹਾਜ਼ਰ ਹੈ ਪਰ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਢਿੰਡਸਾ ਗਰੁੱਪ ਇਹ ਟਿਕੜੀ ਪੰਜਾਬ ਦੇ ਉੱਤੇ ਰਾਜ ਕਰ ਸਕਦੀ ਹੈ ਇਸ ਹਲਕੇ ਦੇ ਉੱਤੇ ਕਰ ਸਕਦੀ ਹੈ ਬਿਲਕੁਲ ਕਰ ਗਈ ਜੀ ਤੁਹਾਡੇ ਤੇ ਲੋਕ ਭਰੋਸਾ ਕਿਉਂ ਕਰਨ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ 4 ਸਾਲ ਦੇ ਕਾਰਜਕਾਲ ਲੋਕਾਂ ਨੇ ਦੇਖੇ ਪਾਜੀ ਸਾਡੇ ਤੇ ਭਰੋਸਾ ਇਸੇ ਕਰਕੇ ਕਰਨਗੇ ਕਰਨਗੇ ਇਸ ਨਾਲੇ ਨੂੰ ਕੋਈ ਵੀ ਨਹੀਂ ਪੂਰਦਾ ਸਰਦਾਰ ਰਜਿੰਦਰ ਸਿੰਘ ਠੇਕੇਦਾਰ ਦੀ ਦੇਣ ਹੈ ਕਿ ਇਹ ਹਲਕੇ ਦਾ ਜਿੰਨਾ ਉਹਨਾਂ ਨੇ ਵਿਕਾਸ ਕਰਾਇਆ ਇਸ ਸਾਰੇ ਮੇਰੇ ਵੀਰ ਖੜੇ ਨੇ ਇਹ ਕਾਂਗਰਸ ਚੋਂ ਕਾਲੀਆਂ ਜਗੇ ਗਏ ਨੇ ਠੀਕ ਹੈ ਤੇ ਇਹਨਾਂ ਨੂੰ ਪੁੱਛ ਲਓ ਵੀ ਇਹ ਸੱਚ ਆ ਕਿ ਝੂਠ ਹੈ ਜੇ ਝੂਠ ਹੈ ਆਪਾਂ ਹੁਣੇ ਤੁਰ ਪੈਣਾ ਕੀ ਕੰਮ ਕੰਮ ਕੀ ਕਰਵਾਇਆ ਸੀ ਭਾਜੀ ਉਹਨਾਂ ਨੇ ਸਭ ਤੋਂ ਪਹਿਲਾਂ ਗੰਦੇ ਨਾਲਾ ਪੂਰਾ ਬੰਦ ਕਰਾਇਆ ਜਿਹੜਾ ਕਿ ਲੋਕੀ ਜਿਹੜਾ ਕਿ ਲੋਕੀ ਬਿਮਾਰੀਆਂ ਨਾਲ ਮਾਰੇ ਸੀ ਉਥੇ ਕਿਸੇ ਦਾ ਕੋਈ ਰਿਸ਼ਤਾ ਨਹੀਂ ਕਰਾਂ ਜਾਂਦਾ ਲੇਕਿਨ ਇਹ ਹਰਜਿੰਦਰ ਸਿੰਘ ਠੇਕੇਦਾਰ ਦੀ ਜ਼ੇਨ ਹੈ ਉਥੇ ਪਹਿਲਾਂ ਸੋਹਣੀ ਬਹੁਤ ਵਧੀਆ ਪਾਰਕਾ ਬਣਾਈ ਸੀ ਨਾਲੇ ਦੇ ਉੱਤੇ ਇਹ ਕਾਲੀਆਂ ਦੀ ਜ਼ੇਨ ਹੈ ਕਿਉਂਕਿ ਇੰਦਰਬੀਰ ਬੁਲਾਰੀਆ ਕਾਲੀ ਸੀ ਫਿਰ ਇਹ ਕਾਂਗਰਸ ਚ ਆਇਆ ਇਹ ਇਹ ਉਹਨੇ ਫਿਰ ਪਾਰਕਾ ਬੰਦ ਕਰਤੀਆਂ ਇੱਥੇ ਇੱਕ ਹਸਪੀਟਲ ਖੋਲਿਆ 132 ਕੇਵਲ ਦਾ ਕਨੈਕਸ਼ਨ ਸਰਦਾਰ ਹਰਜਿੰਦਰ ਸਿੰਘ ਠੇਕੇਦਾਰ ਦੀ ਜ਼ੇਨ ਹੈ ਇਹ ਜਿਸ ਤਰ੍ਹਾਂ ਮਰਜ਼ੀ ਕਹੀ ਜਾਂ। ਤੇ ਰਹੀ ਕਿਸਾਨ ਵੀਰਾਂ ਦੀ ਗੱਲ ਕਿਸਾਨ ਪੰਜਾਬ ਦਾ ਇੰਨਾ ਕਿ ਸ਼ੌਕਾਰ ਆ ਇੰਨਾ ਕਿ ਸ਼ੌਕਾਰ ਆ ਕਿ ਮੇਰਾ ਖਾ ਵorld ਨੂੰ ਪਾਲਦਾ ਹੈ ਇਹ ਭਾਵੇਂ ਜਿਸਾਂ ਜਿਹੜੇ ਮਰਜੀ ਕਿਸਾਨ ਦੇ ਘਰ ਚਲ ਜੋ ਜਿਹੜੇ ਦੇ ਵੀ ਵਧੀਆ ਗੱਡੀ ਜਦੋਂ ਨਿਕਲਦੀ ਹੈ ਨਾ ਕੰਪਨੀ ਤੋਂ ਤੇ ਸਭ ਤੋਂ ਪਹਿਲਾਂ ਜੀਵੀਦਾਰਾਂ ਦੇ ਘਰ ਹੁੰਦੀ ਹੈ ਫਿਰ ਵੀਰ ਜੀ ਅਈ ਵੀਰ ਜੀ ਮਿਹਨਤ ਕਰਦੇ ਆ ਵੇਖੋ ਜੇ 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 ਤੁਹਾਡਾ ਕੈਪਟਨ ਜੇ ਤੁਹਾਡਾ ਕੈਪਟਨ ਆਪਣੀ ਮਨਮਰਜ਼ੀ ਦੀ ਐਸਪਰਸਤੀ ਕਰਨ ਵਾਸਤੇ ਪਾਕਿਸਤਾਨ ਜਾ ਸਕਦਾ ਸੀ ਘੱਟ ਗੱਡੀ ਲੈ ਸਕਦੇ ਸਾਨੂੰ ਅਦਕਾਰਿਆ ਦੂਸਰੀ ਸੀਦਾ ਫਲ ਵੀ ਪਾਕਿਸਤਾਨ ਨੂੰ ਆਉਂਦਾ ਸੀਦਾ ਫਲ ਕੀ ਕਹੂੰ ਤੁਸੀਂ ਪਾਕਿਸਤਾਨ ਖਾਣ ਜਾਂਦੇ ਦੇਣ ਜਾਂਦੇ ਤੁਸੀਂ ਤੁਸੀਂ ਸੀਦਾ ਪਲ ਦੀਆਂ ਗੱਲਾਂ ਕਰੋ ਚੀਕੋ ਨਹੀਂ ਗੱਲਾਂ ਕਰੋ ਤੇ ਨਹੀਂ ਸਾਰੀਆਂ ਵੀ ਗੱਡੀਆਂ ਨੌਲ ਦੇ ਜੋ ਆਹੀ ਮੈਂ ਆਓ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਉਸ ਵੀਰ ਦੀ ਵੀਰ ਦੀ ਗੱਲ ਦਾ ਮੈਂ ਕਰਨਾ ਜਿੱਦਾਂ ਤੇ ਕਹਿ ਰਹੇ ਆ ਵੀ ਠੇਕੇਦਾਰ ਸਾਹਿਬ ਨੇ ਨਾਲਾ ਪੂਰਿਆ ਇਸ ਵੀਰ ਨੂੰ ਇੱਕ ਗੱਲ ਪੁੱਛੋ ਬੀ ਜਦੋਂ ਨਾਲਾ ਪੂਰਿਆ ਚ ਕੋਈ ਸ਼ੱਕ ਨਹੀਂ ਹੈ ਜਿਹੜੀ ਸ਼ੁਰੂਆਤ ਹੋਈ ਉਹ ਠੇਕੇਦਾਰ ਦੇ ਟਾਈਮ ਤੇ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਕਿੰਨੀ ਕੀ ਕੀਤੀ ਫੰਡ ਆਏ ਤੇ ਨਾਲਾ ਸੁੱਖ ਨਾਲ ਉਧਰਲੇ ਬੰਨਿਓ ਸ਼ੁਰੂ ਕਰਾ ਦਿੱਤਾ ਗਿਆ ਆਪਣੀ ਘੱਟ ਸੋਚ ਕਰਕੇ ਵੀ ਹਮੇਸ਼ਾ ਜਿਹੜਾ ਢਲਾਨ ਕਦੀ ਵੀ ਤੁਸੀਂ ਟੈਕਨੀਕਲ ਬੰਦੇ ਇੱਥੇ ਖਲੋਤੇ ਆ ਜਦੋਂ ਢਲਾਨ ਕੋਈ ਵੀ ਆਪਾਂ ਜਦੋਂ ਆਪਾਂ ਨਾਲਾ ਬਣਾਉਣਾ ਹੁੰਦਾ ਨਾ ਤੇ ਜਿੱਧਰਲੇ ਬੰਨੇ ਢਲਾਨ ਜਾਣੀ ਹੁੰਦੀ ਹੈ ਨਾ ਜਿੱਧਰ ਪਾਣੀ ਜਾਣਾ ਹੁੰਦਾ ਸ਼ੁਰੂਆਤ ਉਧਰੋਂ ਕਰੀਦੀ ਤੇ ਐਂਡ ਤੇ ਆ ਕੇ ਉੱਥੇ ਮਿਲਦਾ ਇਹਨਾਂ ਨੇ ਸ਼ੁਰੂਆਤ ਹੀ ਉਧਰੋਂ ਕਰਤੀ ਜਿੱਧਰ ਨੂੰ ਜਾਣਾ ਸੀ ਉਲਟ ਬਣੇ ਇਹਨਾਂ ਨੇ ਸ਼ੁਰੂ ਕੀਤਾ ਬਾਕੀ ਜਿਹੜਾ ਨਾਲਾ ਪੂਰਿਆ ਨਾ ਉਹ ਸ਼ਰੋਮਨੀਆ ਕਾਲੀਦਾਲ ਨੇ ਪੂਰਿਆ ਤੇ ਸਾਨੂੰ ਪਤਾ ਅਸੀਂ 10 ਸਾਲ ਕਾਉਂਸਲਰ ਰਹੇ ਆ ਮੇਰੇ ਵੀਰ ਹੋਰ ਵੀ ਆਗੇ ਆ ਸਾਨੂੰ ਪਤਾ ਕਿ ਕਿੱਡੇ ਜੱਬਾ ਨਾ ਕੀਤਾ ਨਾਲਾ ਪੂਰਾ ਇਹਦੇ ਪੁੱਠੇ ਬਣੇ ਤੁਰ ਪਏ ਇਹਨਾਂ ਨੇ ਆਪਣੇ ਐਮਐਲ ਨੂੰ ਪੁੱਛੋ ਜਾ ਕੇ ਮੈਂ ਸਭ ਤੋਂ ਪਹਿਲਾਂ ਕਿਸਾਨ ਵੀਰ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਇਹਨੇ ਇਹ ਗੱਲ ਕੀਤੀ ਆ ਵੀ ਹਰ ਸਿਮਰਤ ਕੌਰ ਬਾਦਲ ਨੇ ਜੇ ਅਸਤੀਫਾ ਦਿੱਤਾ ਤੇ ਲੋਕਾਂ ਦੇ ਦਬਾਅ ਕਰਨ ਦਿੱਤਾ ਕੋਈ ਦਬਾਅ ਕਰਨ ਨਹੀਂ ਦਿੱਤਾ ਲੋਕਾਂ ਦੀ ਭਲਾਈ ਵਾਸਤੇ ਦਿੱਤਾ ਸੀ ਅਸਤੀਫਾ ਉਹਨੇ ਤੇ ਜੇਕਰ ਅਸਤੀਫਾ ਦਿੱਤਾ ਦੋਸਤੋ ਬਾਅਦ ਜੇ ਉਹਨੇ ਤੁਹਾਡੇ ਵਾਸਤੇ ਆਵਾਜ਼ ਉਠਾਈ ਹੈ ਨਾ ਕਿਸਾਨਾਂ ਦੀ ਤੇ ਸਭ ਤੋਂ ਵੱਧ ਸ਼ਰੋਮਣੀ ਅਕਾਲੀ ਦਲ ਨੇ ਆਵਾਜ਼ ਉਠਾਈ ਹੈ ਭਾਵੇਂ ਜਾ ਕੇ ਉੱਥੇ ਸੜਕਾਂ ਦੇ ਕੋਲ ਉੱਤੇ ਭਾਵੇਂ ਐਮਪੀ ਬਣ ਕੇ ਉੱਥੇ ਪ੍ਰਕਾਸ਼ ਸਿੰਘ ਬਾਦਲ ਆਪਣੇ ਹੱਕ 'ਚ ਬੋਲਦਾ ਰਿਹਾ ਸਿਮਰਤ ਕੌਰ ਬਾਦਲ ਕਿਸਾਨਾਂ ਦੇ ਹੱਕ 'ਚ ਬੋਲਦੇ ਰਹੀ ਸੁਖਵੀਰ ਬਾਦਲ ਕਿਸਾਨਾਂ ਦੇ ਹੱਕ 'ਚ ਬੋਲਦਾ ਰਿਹਾ ਪਰ ਅੱਜ ਤੁਸੀਂ ਉਹਦਾ ਮੁਕਾਬਲਾ ਕਰਨ ਵਾਸਤੇ ਆਪਣੇ ਜਾ ਵਿੱਚ ਤੁਸੀਂ ਆਇਓ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਤੁਹਾਨੂੰ ਚਾਹੀਦਾ ਹੈ ਵੀ ਸ਼ਰਮਣੀ ਕਾਲੀਦਾਸ ਦਾ ਤੁਸੀਂ ਸਾਥ ਦੇਂਦੇ ਕਦੇ ਹਰ ਸਿਮਰਤ ਕੋਰ ਬਾਦਲ ਨੇ ਅਸਤੀਫਾ ਕਿਸਾਨਾਂ ਕਰਕੇ ਦਿੱਤਾ ਤੁਸੀਂ ਵੀਰ ਜੀ ਇਹ ਵੀਡੀਓ ਵੇਖਣੀ ਜਦੋਂ ਅਸਤੀਫਾ ਦੇ ਕੇ ਬਾਹਰ ਆਈ ਉਹਨੇ ਇਹ ਗੱਲ ਕਹੀ ਪਈ ਮੈਂ ਅਸਤੀਫਾ ਤਾਂ ਦੇ ਰਹੀ ਹਾਂ ਕਿਉਂਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕੀ ਇਹ ਇਹ ਕਿਹੋ ਜਿਹਾ ਅਸਤੀਫਾ ਵੀ ਜਿਹੜਾ ਕਿਸਾਨਾਂ ਨੂੰ ਸਮਝਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਅਸਤੀਫਾ ਨਹੀਂ ਸਿਰਫ ਇੱਕ ਪ੍ਰੋਪਗੈਂਡਾ ਸੀ ਇੱਕ ਪਖੰਡ ਸੀ ਤੇ ਇਹ ਇੱਥੇ ਇੱਕ ਮੈਂ ਬੇਨਤੀ ਹੋਰ ਕਰ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਵੀ ਚਾਹੇ ਉਹ ਕਾਂਗਰਸੀ ਚਾਹੇ ਕਾਲੀ ਆ ਇਹਨਾਂ ਦਾ ਗੱਠ ਜੋੜਿਆ ਸਮੇਂ-ਸਮੇਂ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਮੇਂ-ਸਮੇਂ ਤੇ ਆਪਣੇ ਆਪਣੇ ਪ੍ਰੋਪਗ ਕੱਕ ਟਕਵਾਂਜਿਆ ਇਹ ਤੋਂ ਬਗੈਰ ਕੱਖ ਨਹੀਂ ਜੁ ਹੈਗਾ ਸਰਾਸਰ ਝੂਠ ਹੈ ਜੀਏ ਠੀਕ ਹੈ ਅੱਜ ਮੁੱਦਿਆਂ ਦੀ ਗੱਲ ਕਰੀਏ ਆਪਾਂ ਵੇਖੋ ਇਹ ਮੋਦੀ ਸਾਹਿਬ ਨੇ ਜਿਹੜੇ ਕਾਨੂੰਨ ਲਿਆਂਦੇ ਸੀ ਉਹਨਾਂ ਨੇ ਕਾਲੇ ਕਾਨੂੰਨ ਕਹਿ ਕੇ ਆਪ ਹੀ ਮਾਫੀ ਮੰਗ ਲਈ ਆ ਜਿਹੜੇ ਆ ਕੈਪਟਨ ਸਾਹਿਬ ਦੇ ਅੱਜ ਭਾਈਵਾਲ ਬਣੇ ਫਿਰਦੇ ਆ ਠੀਕ ਆ ਤੇ ਜੇ ਸਾਢੇ 4 ਸਾਲ ਰਬੜ ਦਾ ਗੁੱਡਾ ਬਣ ਕੇ ਇਹਨਾਂ ਦਾ ਕੈਪਟਨ ਤੁਰਿਆ ਫਿਰਦਾ ਰਿਹਾ ਨਾ ਤੇ ਅੱਜ ਜਿਹੜੀਆਂ ਝੂਠੀਆਂ ਸੋਹਾਂ ਖਾਦੀਆਂ ਸੀ ਤੇ ਇਹ ਪਤਾ ਨਹੀਂ ਕਿਹੜੇ ਮੂਹਨਾ ਮੇਰੇ ਖਿਆਲ ਨਾਲ ਉਹਨਾਂ ਦਾ ਝੰਡਾ ਚੁੱਕੀ ਫਿਰਦੇ ਆ ਜਿਹੜਾ ਬੰਦਾ ਗੁਰੂ ਦਾ ਨਹੀਂ ਬਣਿਆ ਠੀਕ ਆ ਉਹ ਪੰਜਾਬ ਦਾ ਕਿੱਥੋਂ ਬਣੂਗਾ ਤੇ ਦੂਜੀ ਗੱਲ ਜਿਹੜੀ ਅੱਜ ਮੋਦੀ ਦੇ ਨਾਲ ਇਹਨਾਂ ਨੇ ਗੱਠ ਜੋੜ ਕਾੜਿਆ 750 ਕਿਸਾਨ ਜਿਹੜਾ ਚਹੀਤ ਹੋ ਗਿਆ ਠੀਕ ਆ ਤੇ ਅੱਜ ਇਹ ਹਜੇ ਤੇ ਉਹਨਾਂ ਦੇ ਸਵੇ ਅਜੇ ਤੇ ਉਹਨਾਂ ਦੀ ਮਹਨੀਰੇ ਵੀ ਨਹੀਂ ਹੋਏ ਤੇ ਇਹ ਆਣ ਕਿਉਂ ਵੋਟਾਂ ਮੰਗਣ ਆ ਗਏ ਆ ਇਹ ਕਿਹੜੇ ਮੂਨ ਆਏ ਆ ਆਪਾਂ ਗੱਲ ਵਿਕਾਸ ਦੀ ਕਰੀਏ ਮੋਦੀ ਦੀ ਤੇ ਜਾਂ ਕੈਪਟਨ ਦੀ ਨਾ ਕਰੀਏ ਗੱਲ ਅੱਜ ਦੀ ਆ ਵੀ ਅੱਜ ਸਾਨੂੰ ਕੀ ਚਾਹੀਦਾ ਵਾ ਅੱਜ ਜਿਹੜੀਆਂ ਸਹੂਲਤਾਂ ਕਾਲੀ ਸਰਕਾਰ ਬਾਰੇ 10 ਸਾਲ ਅੱਜ ਵੀ ਜਿਹੜੀਆਂ ਫੋਰ ਲਾਈਨ ਸੜਕਾਂ ਬਣੀਆਂ ਐ ਅੱਜ ਵੀ ਜਿੰਨੇ ਸਾਡੇ ਇਤਿਹਾਸਕ ਗੁਰਦੁਆਰੇ ਜਾਂ ਇਤਿਹਾਸਕ ਜਗ੍ਹਾ ਬਣੀਆਂ ਤੇ ਕੋਈ ਵੀ ਅੱਜ ਦਰਬਾਰ ਸਾਹਿਬ ਚੱਲ ਜੀਏ ਹੈਰ ਸਟੇਜ ਬਣੀਆਂ ਤੇ ਅੰਮ੍ਰਿਤਸਰ ਦੀ ਰੁਹਾਰ ਬਦਲਣ ਲਈ ਕਾਲੀ ਦਲ ਨੇ ਜਿਹੜਾ 10 ਸਾਲ ਵਕਾਫ ਕੀਤਾ ਸੀ ਪਰ ਇਲਜ਼ਾਮਾਂ ਨੂੰ ਕਰਦੇ ਕਰਦੇ ਇਹਨਾਂ ਨੇ ਜਿਹੜੀ ਆ ਸਰਕਾਰ ਲਿਆਂਦੀ ਜੇ 10 ਸਾਲ ਸਰਕਾਰ ਆਈ ਤੇ 5 ਸਾਲ ਪਹਿਲਾਂ ਕੀਤੇ ਕੰਮ ਲੋਕਾਂ ਨੇ ਫੇਰ ਅਗਲੀ ਸਰਕਾਰ ਲਿਆਂਦੀ ਨਹੀਂ ਤੇ ਅੱਜ ਤੱਕ ਕਦੀ ਪੰਜਾਬ ਦਾ ਇਤਿਹਾਸ ਆ 10 ਸਾਲ ਕਿਸੇ ਨੇ ਰਾਜ ਨਹੀਂ ਕੀਤਾ ਕੰਮ ਕੀਤੇ ਤੇ ਲੋਕਾਂ ਨੇ 10 ਸਾਲ ਰਾਜ ਲਿਆਂਦਾ ਠੀਕ ਹੈ ਸੋ ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਆਪਣੇ ਦਾਅਵੇ ਠੋਕ ਰੀਆਂ ਨੇ ਪਰ ਸੱਤਾ ਤੇ ਕਾਂਗਰਸ ਇਸ ਡਿਬੇਟ ਦੇ ਵਿੱਚ ਗੈਰ ਹਾਜ਼ਰ ਰਹੀ ਆਮ ਆਦਮੀ ਪਾਰਟੀ ਨੂੰ ਵੀ ਸੱਦਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਇਸ ਡਿਬੇਟ ਦੇ ਵਿੱਚ ਗੈਰ ਹਾਜ਼ਰੀ ਲਵਾਈ ਗਈ ਹੈ ਪਰ तमाम ਮੁੱਦੇ ਇਸ ਹਲਕੇ ਦੇ ਅਜੇ ਵੀ ਲਟਕੇ ਹੋਏ ਨੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਕਿਸਾਨੀ ਤੋਂ ਲੈ ਕੇ ਜਵਾਨੀ ਤੱਕ ਜਿਨ੍ਹਾਂ ਦੇ ਉੱਤੇ ਦਾਅਵੇ ਕੀਤੇ ਜਾਂਦੇ ਨੇ ਉਹ ਮੁੱਦੇ ਇੱਥੇ ਦੇ ਲੋਕਾਂ ਨੇ ਕਿਹਾ ਕਿ ਉਹ ਹੱਲ ਹੋਣੇ ਚਾਹੀਦੇ ਨੇ ਸੋ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਸਾਊਥ ਦੇ ਵਿੱਚ ਇੰਨਾ ਹੀ ਜਲਦ ਕਿਸੇ ਅਗਲੇ ਹਲਕੇ ਦੇ ਪੰਜਾਬ ਦੇ ਪੰਜਾਬੀਅ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾ এবੀਬੀ ਸੰਜਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ এবੀਬੀ ਸੰਜਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ এবੀਬੀ ਸੰਜਾ ਜੋਸ਼ ਜਜ਼ਬਾ ਜਨੂਨ